ਗੁਰਵਿੰਦਰ ਸਿੰਘ ਦੀ ਪੁਸਤਕ ਮੀਆਂ ਹਿੰਡ ਬੁਰੀ ਹੁੰਦੀ ਤਾਂ ਅਗਲਾ ਪਾਗ ਇੱਕ ਦਿਨ ਪ੍ਰਿੰਸੀਪਲ ਉਹਦੇ ਕੋਲ ਆ ਕੇ ਰੁਕ ਗਿਆ ਤੇ ਉਹਦੇ ਵਾਲੇ ਦੁਆਲੇ ਗੇੜੇ ਕੱਢੀ ਜਾਵੇ ਉਹਨੂੰ ਪਤਾ ਨਾ ਲੱਗੇ ਕਿ ਪ੍ਰਿੰਸੀਪਲ ਨੂੰ ਕੀ ਹੋ ਗਿਆ ਫਿਰ ਪ੍ਰਿੰਸੀਪਲ ਕਹਿਣ ਲੱਗਾ ਕਿ ਆਈਡੈਂਟੀਟੀ ਕਾਰਡ ਦਿਖਾ ਗੁਰਵਿੰਦਰ ਨੇ ਦਿਖਾ ਦਿੱਤਾ ਪ੍ਰਿੰਸੀਪਲ ਕੁਝ ਥੇਰ ਆਈ ਕਾਰਡ ਦੇਖਦਾ ਰਿਹਾ ਫਿਰ ਉਹਨੂੰ ਵਾਪਸ ਫੜਾ ਕੇ ਚਲਾ ਗਿਆ ਗੁਰਵਿੰਦਰ ਨੇ ਤਾਂ ਕੀ ਸੋਚਣਾ ਸੀ ਕਿ ਕਿਸੇ ਮੁੰਡੇ ਨੇ ਹੀ ਪ੍ਰਿੰਸੀਪਲ ਨੂੰ ਇਹਦੇ ਬਾਰੇ ਦੱਸਿਆ ਹੋਵੇਗਾ ਕਿ ਆਹ ਹੈ ਉਹ ਅਰਜਨ ਵੈਲੀ ਜਿਹੜਾ ਤੁਹਾਡੇ ਬਾਰੇ ਇੰਨਾ ਕੁਝ ਬੋਲਦਾ ਹੈ ਤੇ ਸ਼ਰੇਆਮ ਧਮਕੀਆਂ ਦਿੰਦਾ ਤੇ ਪ੍ਰਿੰਸੀਪਲ ਵੀ ਉਹਦੇ ਸ਼ਰੀਫ ਜਿਹੇ ਚਿਹਰੇ ਨੂੰ ਵੇਖ ਕੇ ਹੈਰਾਨ ਹੋਏਗਾ ਕਿ ਲੱਗਦਾ ਤਾਂ ਇਹ ਹੈ ਨਹੀਂ ਅਜਿਆ ਪਰ ਉਧਰ ਇਸ ਬੰਦੇ ਦੀ ਅਕਲ ਦੀ ਹੱਦ ਦੇਖੋ ਕਿ ਪ੍ਰਿੰਸੀਪਲ ਵੱਲੋਂ ਦੇ ਆੜੇ ਦੁਆਲੇ ਗੇੜੇ ਕੱਢਣ ਦਾ ਮਤਲਬ ਇਹ ਨਹੀਂ ਸਮਝ ਲਿਆ ਕਿ ਪ੍ਰਿੰਸੀਪਲ ਨੇ ਸ਼ਰਾਬ ਪੀਤੀ ਹੋਈ ਹੈ ਹਾਲਾਂਕਿ ਸ਼ਰਾਬ ਪੀ ਕੇ ਇੱਕ ਦਿਨ ਇਹ ਖੁਦ ਕਾਲਜ ਆ ਪਾਇਆ ਸੀ ਫੁੱਲਾਂ ਤੇ ਫੁੱਲ ਚੁਗਿੰਦੀ ਏ ਨਹੀਂ ਤੈਨੂੰ ਫੁੱਲ ਚੁਗਿੰਦੀ ਨੂੰ ਚੋਰ ਪੈ ਗਏ ਸੂਹੀ ਹੱਥ ਵਿੱਚ ਸੂਈ ਹੱਥ ਵਿੱਚ ਫੜਨ ਦੀ ਸਾਰ ਹੈ ਨਹੀਂ ਤੈਨੂੰ ਲਿਖਣੇ ਤਿੱਤਰ ਤੇ ਮੋਰ ਪੈ ਗਏ ਇੱਥੇ ਆਈ ਸੈਂ ਕੰਮ ਤੂੰ ਹੋਰ ਕਰਨੇ ਕੰਮ ਕਰਨੇ ਹੋਰ ਕੋਈ ਹੋਰ ਦੇ ਹੋਰ ਪੈ ਗਏ ਵਰਸ਼ਾ ਮੀਆਂ ਸਾਥੋਂ ਚੰਗੇ ਜਿਹੜੇ ਕੱਲ ਜੰਮੇ ਤੇ ਅੱਜ ਗੋਰ ਪੈ ਗਏ ਤੇ ਜਦੋਂ ਕੁਝ ਦਿਨਾਂ ਬਾਅਦ ਉਹ ਮੁੰਡੇ ਉਹਨੂੰ ਫੇਰ ਚਾਪ ਲਾਉਣ ਵਾਸਤੇ ਲੈ ਕੇ ਗਏ ਤਾਂ ਉਹਨਾਂ ਵੱਲੋਂ ਪ੍ਰੋਫੈਸਰ ਬਖਤੌਰ ਸਿੰਘ ਦੇ ਖਿਲਾਫ ਬੋਲਣ ਦੇ ਜਵਾਬ ਚ ਕਹਿਣ ਲੱਗਾ ਕਿ ਇੱਕ ਦਿਨ ਪ੍ਰਿੰਸੀਪਲ ਸ਼ਰਾਬ ਪੀ ਫਿਰੇ ਤੇ ਉਹਦੇ ਆਲੇ ਦੁਆਲੇ ਗੇੜੇ ਕੱਢੀ ਜਾਏ ਫਿਰ ਕੋਈ ਚੀਜ਼ ਉਹਦੇ ਦਿਲ ਨੂੰ ਫੜ ਫੜ ਕੇ ਰੋਕੀ ਜਾਏ ਪਰ ਇਹ ਬੰਦਾ ਰੁਕਿਆ ਵੀ ਨਹੀਂ ਰੁਕਿਆ ਉਹਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਉਹਦਾ ਭੇਤ ਲੈ ਰੇ ਹੁਣ ਕੋਈ ਉਹਨਾਂ ਨੂੰ ਵੀ ਫੜ ਕੇ ਪੁੱਛੇ ਕਿ ਜੇ ਇਹ ਬੰਦਾ ਤੁਹਾਡੇ ਇੰਨਾ ਹੀ ਖਿਲਾਫ ਹੁੰਦਾ ਜਾਂ ਇਹਨੂੰ ਇੰਨੀ ਜਾਣਕਾਰੀ ਉੰਦੀ ਕਿ ਕੌਣ ਬੰਦਾ ਕਿਹਦੇ ਗਰੁੱਪ ਚ ਐ ਤੇ ਤੁਹਾਡੇ ਨਾਲ ਬੈਠ ਕੇ ਚਾਹ ਕਿਉਂ ਪੀਂਦਾ ਅਸਲ ਗੱਲ ਤਾਂ ਇਹ ਸੀ ਕਿ ਇਹਦੇ ਸਿਰ ਨੂੰ ਇਸ਼ਕ ਦਾ جنੂਨ ਚੜ ਗਿਆ ਸੀ ਜਿਨੇ ਇਹਦੀ ਸਾਰੀ ਸੁਧ-ਬੁਧ ਖਤਮ ਕੀਤੀ ਸੀ ਕਿਸੇ ਨੇ ਸੱਚੀ ਕਿਹਾ ਰੱਬ ਨਾਲ ਘਸੁੰਨ ਨਾ ਇਲਤ ਮਾਰਦਾ ਜਦੋਂ ਵੀ ਇਹ ਮਾਰਦਾ ਐ ਮਤ ਮਾਰਦਾ ਇਸ ਬੰਦੇ ਦੀ ਪੂਰੀ ਦੀ ਪੂਰੀ ਮਤ ਮਾਰੀ ਗਈ ਸੀ ਕਲਾਸ 'ਚ ਬੈਠਾ ਜੇ ਇਹ ਹੁਮਾਇਰਾਵਲ ਨਾ ਵੀ ਵੇਖ ਰਿਹਾ ਹੁੰਦਾ ਤਾਂ ਇਹ ਇਕੱਲਾ ਹੀ ਹੱਸੀ ਜਾ ਰਿਹਾ ਹੁੰਦਾ ਹੈਰਾਨੀ ਦੀ ਗੱਲ ਤਾਂ ਇਹ ਸੀ ਕਿਸੇ ਵੀ ਪ੍ਰੋਫੈਸਰ ਨੇ ਉਹਨੂੰ ਕਦੇ ਵੀ ਨਹੀਂ ਰੋਕਿਆ ਜਾਂ ਕਲਾਸ ਤੋਂ ਬਾਹਰ ਨਹੀਂ ਕੱਢਿਆ ਬਿਲਕੁਲ ਸੰਭਵ ਹੈ ਕਿ ਉਹਨਾਂ ਨੇ ਪ੍ਰਿੰਸੀਪਲ ਕੋਲੇ ਦੀ ਸ਼ਿਕਾਇਤ ਕੀਤੀ ਹੋਵੇ ਹੋ ਸਕਦਾ ਹੈ ਪ੍ਰਿੰਸੀਪਲ ਨੇ ਕਿਹਾ ਹੋਵੇ ਕਿ ਉਹਨੂੰ ਤੁਸੀਂ ਕੁਝ ਵੀ ਨਹੀਂ ਕਹਿਣਾ ਬਸ ਉਸ ਵੱਲ ਵੇਖੀ ਜਾਓ ਇੱਕ ਦਿਨ ਕਾਲਜ ਹੜਤਾਲ ਹੋ ਗਈ ਬੀਐਸਸੀ ਦੇ ਤਿੰਨੇ ਭਾਗਾਂ ਦੇ ਉਹ ਮੁੰਡੇ ਗੁਰਵਿੰਦਰ ਨੂੰ ਕਾਲਜ ਤੋਂ ਡੇਢ ਕਿਲੋਮੀਟਰ ਦੂਰ ਕਾਲਜ ਦੇ ਹੌਸਟਲ 'ਚ ਲੈ ਬੜੇ ਉਥੇ ਉਹਨੂੰ ਕਹੀ ਜਾਣ ਕੇ ਕਿਸਮਤ ਕਿਸਮਤ ਹੀ ਹੁੰਦੀ ਹੈ ਕਿਸਮਤ ਬੜੀ ਵੱਡੀ ਚੀਜ਼ ਹੁੰਦੀ ਹੈ ਪਰ ਇਸ ਸੌ ਮੂਰਖਾਂ ਦਾ ਮੂਰਖ ਬੰਦਾ ਆਖੀ ਜਾਏ ਕਿ ਕਿਸਮਤ-ਕਿਸਮਤ ਕੁਝ ਨਹੀਂ ਹੁੰਦੀ ਇੱਥੇ ਉਹ ਫੇਰ ਉਹਨਾਂ ਵੱਲੋਂ ਨੁਕਸਾਨ ਤੇ ਪ੍ਰੋਫੈਸਰ ਬਖਤਾਰ ਸਿੰਘ ਤੇ ਉਹਦੇ ਗਰੁੱਪ ਦੇ ਖਿਲਾਫ ਬੋਲੀ ਗਿਆ ਹਰ ਵਾਰ ਦੀ ਤਰ੍ਹਾਂ ਉਹਦੇ ਦਿਲ ਨੂੰ ਖਿੱਚ-ਖਿੱਚ ਕੋਈ ਚੀਜ਼ ਰੋਕਣਾ ਚਾਹੇ ਪਰ ਉਹ ਨਾ ਰੁਕਿਆ ਦੇ ਆ ਸਿੰਘ ਜੋ ਬੋਲਦਾ ਵਿੱਚ ਤੇਰੇ ਇਹਨੂੰ ਪੁੱਛ ਕੀ ਆਪ ਦਾ ਨਾਮ ਹੈ ਜੀ ਇੱਥੇ ਵੀ ਉਹਨੂੰ ਉਹਨਾਂ ਨੇ ਚਾਪ ਲਾਈ ਇਤੋਂ ਬਾਅਦ ਉਹ ਆਪਣੇ ਪਿੰਡ ਨੂੰ ਆ ਗਿਆ ਪਿੰਡ ਆ ਕੇ ਪਤਾ ਲੱਗਾ ਕਿ ਸਵੇਰੇ ਸਾਜਰੇ ਉਹਨਾਂ ਦਾ ਇੱਕ ਰਿਸ਼ਤੇਦਾਰ ਸੜਕ ਤੇ ਚੰਗਾ ਭਲਾ ਜਾਂਦਾ ਸਕੂਟਰ ਤੋਂ ਇੱਕਦਮ ਡਿੱਗ ਗਿਆ ਤੇ ਉਹਦੇ ਉਸੇ ਦਿਨ ਉਹਦੀ ਮੌਤ ਹੋ ਗਈ ਇਹ ਗੱਲ ਕਾਫੀ ਦੇਰ ਬਾਅਦ ਸਮਝ ਆਈ ਕਿ ਜਿਹੜੇ ਕਾਲਜ ਵਾਲੇ ਮੁੰਡੇ ਕਹਿੰਦੇ ਸੀ ਕਿ ਕਿਸਮਤ ਕਿਸਮਤ ਹੀ ਹੁੰਦੀ ਹੈ ਸ਼ਾਇਦ ਉਹਨਾਂ ਦਾ ਉਸ ਦਿਨ ਗੁਰਵਿੰਦਰ ਨੂੰ ਮਾਰਨ ਦਾ ਪ੍ਰੋਗਰਾਮ ਸੀ ਤੇ ਜਿਹੜਾ ਕਾਲਜ ਚ ਹੜਤਾਲ ਹੋ ਜਾਣ ਕਾਰਨ ਸਫਲ ਨਾ ਹੋ ਸਕਿਆ ਤੇ ਫਿਰ ਉਹ ਉਹਨੂੰ ਕਾਲਜ ਦੇ ਹੌਸਟਲ 'ਚ ਲੈ ਕੇ ਗਏ ਤਾਂ ਕਿ ਇੱਥੇ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਸ਼ਾਇਦ ਉਹਦੀ ਰੱਖਿਆ ਕਰਨ ਵਾਲੀ ਸ਼ਕਤੀ ਪਤਾ ਨਹੀਂ ਕਦੋਂ ਕੋ ਤੇ ਕੀ ਕੀ ਤਰੀਕੇ ਬਣਾ ਕੇ ਗੁਰਵਿੰਦਰ ਦੀ ਮੌਤ ਨੂੰ ਟਾਲ ਰਹੀ ਸੀ ਤੇ ਹੋਣੇ ਵਾਲੇ ਦਿਨ ਕਾਲਜ ਹੜਤਾਲ ਹੋ ਗਈ ਤੇ ਸ਼ਾਇਦ ਉਹਦੀ ਮੌਤ ਉਹਦੇ ਰਿਸ਼ਤੇਦਾਰ ਤੇ ਟਾਲੀ ਗਈ ਜੇ ਭਲਾ ਹੀ ਮੌਤ ਉਹਨੂੰ ਮਜਬੂਰ ਕਰਕੇ ਇਸ ਕਾਲਜ ਚ ਪੜਾਉਣ ਵਾਲੇ ਉਹਦੇ ਪਿਤਾ ਤੇ ਟਾਲ ਦਿੱਤੀ ਜਾਂਦੀ ਐਕਸਰ ਇਹ ਵੀ ਤਾਂ ਉਸੇ ਟਾਈਮ ਸਕੂਲ ਜਾਂਦਾ ਹੁੰਦਾ ਸੀ ਕਿਉਂਕਿ ਸ਼ਹੀਦਾ ਨੇ ਤਾਂ ਆਖਰੀ ਦਮ ਤੱਕ ਗੁਰਵਿੰਦਰ ਨੂੰ ਬਚਾਉਣਾ ਸੀ ਉਹਨ ਕੋਈ ਕੀ ਜਾਣਦਾ ਸੀ ਕਿ ਗੁਰਵਿੰਦਰ ਦੀ ਉਹਨਾਂ ਚ ਕਿੰਨੀ ਕਿ ਸ਼ਰਦਾ ਸੀ ਖੈਰੇ ਸਿਲਸਿਲਾ ਚੱਲਦਾ ਰਿਹਾ ਪ੍ਰੋਫੈਸਰ ਬਖਤੌਰ ਸਿੰਘ ਦਾ ਉਸ ਵੱਲ ਵੱਡ ਖਾਣੀਆਂ ਨਜ਼ਰਾਂ ਨਾਲ ਵੇਖਣਾ ਪੂ ਸਰਪੂ ਸਰਕੇ ਤੇਜ਼ੀ ਨਾਲ ਤੁਰਨਾ ਜਾਰੀ ਰਿਹਾ ਪਰ ਗੁਰਵਿੰਦਰ ਤੇ ਇਹਦਾ ਕੋਈ ਅਸਰ ਨਹੀਂ ਸੀ ਕਿਉਂਕਿ ਉਹਨੂੰ ਪ੍ਰੋਫੈਸਰ ਤਾਂ ਦਿਖਾਈ ਨਹੀਂ ਸੀ ਦੇ ਰਿਹਾ ਜੇ ਕਹਿ ਲਓ ਨਾ ਮਾਤਰ ਜਿਹੀ ਵਿਖਾਈ ਦੇ ਰਿਹਾ ਸੀ ਉਹਨੂੰ ਤਾਂ ਸਭ ਪਾਸੇ ਹੁਮੈਰਾਈ ਦਿਖਾਈ ਦੇ ਰਹੀ ਸੀ ਇੱਕ ਦਿਨ ਗੁਰਵਿੰਦਰ ਨੇ ਬੜੀ ਮੁਸ਼ਕਲ ਨਾਲ ਮੌਕਾ ਲੱਭ ਕੇ ਹੁਮਾਇਰਾ ਕੋਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਉਹ ਹਾਂ ਹਾਂ ਕਹੀ ਜਾਏ ਪਰ ਨਾਲ ਗੁਰਵਿੰਦਰ ਇਹ ਵੀ ਕਹੀ ਜਾਏ ਕਿ ਜੇ ਮੇਰੀ ਗੱਲ ਚੰਗੀ ਨਾ ਲੱਗੇ ਤਾਂ ਮਾਫੀ ਮੰਗਦਾ ਬਸ ਇੰਨੀ ਕੋ ਗੱਲ ਇਹ ਤੋਂ ਮਸਾਂ ਕਹਿ ਹੋਈ ਕਹਿਣਾ ਤਾਂ ਦਿਲੋਂ ਕੁਝ ਵੀ ਨਹੀਂ ਸੀ ਚਾਹੁੰਦਾ ਪਰ ਇਸ ਵੱਲੋਂ ਸੁਣਾਏ ਸ਼ੇਰਾਂ ਨੂੰ ਹੁਮਾਇਰਾ ਵੱਲੋਂ ਆਪਣੇ ਤੇ ਟੁਕਾਣ ਕਰਕੇ ਤੇ ਇਸ ਵਾਸਤੇ ਕੋਸ਼ਿਸ਼ਾਂ ਕਰਨ ਕਰਕੇ ਇਹਨੂੰ ਕਹਿਣਾ ਪਿਆ ਮੁੰਡਿਆਂ ਦੇ ਗਰੁੱਪ ਵੱਲੋਂ ਗੁਰਵਿੰਦਰ ਤੋ ਪ੍ਰਿੰਸੀਪਲ ਤੇ ਪ੍ਰੋਫੈਸਰ ਬਖਤੌਰ ਸਿੰਘ ਨੂੰ ਮਾੜਾ ਬੁਲਵਾਉਣ ਦਾ ਸਿਲਸਲਾ ਜਾਰੀ ਰਿਹਾ। ਉਹਨਾਂ ਇੱਥੇ ਹੀ ਬਸ ਨਹੀਂ ਕੀਤੀ। ਉਹ ਆਪ ਹੀ ਉਹਦੀਆਂ ਕਲਾਸਾਂ ਨੂੰ ਪੜ੍ਹਾਉਣ ਵਾਲੇ ਕਿਸੇ ਪ੍ਰੋਫੈਸਰ ਦਾ ਨਾਮ ਲੈ ਦਿੰਦੇ। ਕਹਿ ਦਿੰਦੇ ਕਿ ਉਹਦਾ ਪੜ੍ਹਾਉਣ ਦਾ ਤਰੀਕਾ ਸਹੀ ਨਹੀਂ। ਗੁਰਵਿੰਦਰ ਵੀ ਉਹਨਾਂ ਦੇ ਮਗਰੀ ਕਹੀ ਜਾਂਦਾ ਕਿ ਹਾਂ ਉਹ ਪ੍ਰੋਫੈਸਰ ਠੀਕ ਨਹੀਂ ਪੜ੍ਹਾਉਂਦਾ। ਤੇ ਬਾਅਦ 'ਚ ਇਹ ਗੱਲ ਉਹ ਵਧਾ ਚੜਾ ਕੇ ਉਸ ਪ੍ਰੋਫੈਸਰ ਕੋਲ ਦੱਸ ਆਉਂਦੇ। ਤੇ ਜਦੋਂ ਉਹ ਪ੍ਰੋਫੈਸਰ ਗੁਰਵਿੰਦਰ ਵੱਲ ਵੱਡ-ਵੱਡ ਖਾਣੀਆਂ ਨਜ਼ਰਾਂ ਨਾਲ ਵੇਖਦਾ ਤਾਂ ਉਹਨੂੰ ਸਮਝ ਨਾ ਆਵੇ। ਵੀ ਇਹ ਉਸ ਵਾਂਲੇ ਇਸ ਤਰ੍ਹਾਂ ਕਿਉਂ ਵੇਖਦਾ ਹੈ ਕੌਣਾ ਬੋਲ ਮੂਰਖ ਦਾ ਘਰ ਦੇ ਜੜ ਲੈਣਗੇ ਟੁੱਟਾ ਛੱਤਰ ਵੀਰਾ ਫੜ ਲਊਗੀ ਲੋਕਾਈ ਸਾਰੇ ਜਹਾਨ ਦੇ پاگل ਬੰਦੇ ਨੂੰ ਕੋਈ ਪੁੱਛੇ ਕਿ ਪ੍ਰਿੰਸੀਪਲ ਤੇ ਪ੍ਰੋਫੈਸਰਾਂ ਦੇ ਖਿਲਾਫ ਸ਼ਰਿਆਂ ਮੈਂਨਾਂ ਕੁਝ ਬੋਲਣ ਵਾਲੇ ਬੰਦੇ ਨੂੰ ਉਹ ਪੇਪਰ ਕਿਵੇਂ ਦੇਣ ਦੇ ਦੇਣਗੇ ਅਗੋਂ ਕਰੈਕਟਰ ਸਰਟੀਫਿਕੇਟ ਵੀ ਤਾਂ ਉਹਨਾਂ ਨੇ ਹੀ ਦੇਣਾ ਸੀ ਕੈਰੀਅਰ ਤਾਂ ਇਹ ਬੰਦਾ ਆਪਣੇ ਪਹਿਲਾਂ ਹੀ ਖਤਮ ਕਰੀ ਕਰ ਚੁੱਕਿਆ ਸੀ ਫਿਰ ਕਾਲਜ 'ਚ ਹੁਣ ਕੀ ਧਾਰਾ ਲੈਣ ਜਾਂਦਾ ਸੀ ਪਰ ਜਏ ਬੰਦੇ ਨੂੰ ਹੁਣ ਕੈਰੀਅਰ ਨਾਲ ਕੀ ਮਤਲਬ ਰਹਿ ਗਿਆ ਸੀ ਕੈਰੀਅਰ ਤਾਂ ਛੋਟੀ ਗੱਲ ਸੀ ਇਹ ਤਾਂ ਆਪਣੀ ਮੌਤ ਸਿਰ ਤੇ ਚੁੱਕੇ ਫਿਰਦਾ ਸੀ ਇਹਨੂੰ ਸਭ ਪਾਸੇ ਹੁਮਾਇਰਾਈ ਦਿਖਾਈ ਦਿੰਦੀ ਸੀ ਤੇਰੇ ਇਸ਼ਕ ਨਚਾਇਆ ਕਰਥਿਆ ਥਿਆ ਹਰ ਇੱਕ ਬੰਦਾ ਇਉਂ ਨਹੀਂ ਕਰ ਸਕਦਾ ਸ਼ਾਇਦ ਇਹ ਕੋਈ ਦਿਮਾਗੀ ਬਿਮਾਰੀ ਹੋਵੇ ਜਾਂ ਫਿਰ ਇਹ ਬੰਦਾ ਦੁਨੀਆ ਤੋਂ ਅਲੋਕਾਰ ਹੀ ਪੈਦਾ ਹੋਇਆ ਹੋਵੇ ਪਰ ਜੇ ਕੋਈ ਸਮਝੇ ਕਿ ਸਭ ਕੁਝ ਇਹਨੇ ਜਾਣ ਬੁੱਝ ਕੇ ਕੀਤਾ ਤਾਂ ਇਹ ਗੱਲ ਬਿਲਕੁਲ ਗਲਤ ਹੈ ਜਿੰਨਾ ਚਿਰ ਭਾਵ 2.5 ਸਾਲ ਇਹ ਤੋਂ ਉਸ ਹੜ੍ਹ ਦੇ ਪਾਣੀ ਤੇ ਕੰਟਰੋਲ ਕਰ ਹੋਇਆ ਉਹਨੇ ਕੀਤਾ ਪਰ ਜਦੋਂ ਇਹ ਸਾੜਾਏ ਹੜ ਆਏ ਹੋਏ ਦਰਿਆ ਵਰਗੇ ਵਹਿਣ ਨੂੰ ਰੋਕੀ ਖੜੇ ਇਸ ਬੰਦੇ ਤੋਂ ਹੋਰ ਨਾ ਰੋਕ ਹੋਇਆ ਤੇ ਧੜਮ ਕਰਕੇ ਧਰਤੀ ਤੇ ਚੁਫਾਲ ਡਿੱਗ ਪਿਆ ਤੇ ਸਾਰਾ ਪਾਣੀ ਇਹਦੇ ਉੱਪਰ ਦੀ ਵਗਣ ਲੱਗ ਪਿਆ ਇਹਨੂੰ ਚਾਰ ਚੰਬੜ ਗਏ ਖੋਟੀ ਕਿਸਮਤ ਉਹਦੀ ਇਸ਼ਕ ਰੋਗ ਭੂਤ ਤੇ ਅਮਲ ਕਿਸੇ ਪ੍ਰਕਾਰ ਹੀ ਖੈਰ ਇਸ ਸਿਲਸਲੇ ਇਸ ਤਰ੍ਹਾਂ ਚੱਲਦਾ ਰਿਹਾ ਪ੍ਰਿੰਸੀਪਲ ਦੇ ਗਰੁੱਪ ਦੇ 8-10 ਮੁੰਡੇ ਤਾਂ ਹਰ ਵੇਲੇ ਦੇ ਨਾਲ ਲਗਾਈ ਹੁੰਦੇ ਸੀ ਪਰ ਇਹ ਹਰ ਵੇਲੇ ਗੀਤ ਗਾਉਂਦਾ ਛੱਲਿਆ ਵਾਂਗੂ ਹੱਸਦਾ ਫਰੀਜਾਇ। ਇੱਕ ਦਿਨ ਪ੍ਰਿੰਸੀਪਲ ਹੋਰਾਂ ਦੇ ਗਰੁੱਪ ਦੇ ਲੜਾਈਆਂ ਕਰਨ ਵਾਲੇ ਮੁੰਡਿਆਂ ਨੇ ਸ਼ਹਿਰ ਦੇ ਇੱਕ ਬਦਮਾਸ਼ ਸਮਝੇ ਜਾਂਦੇ ਸਿਆਸਤਦਾਨ ਦੇ ਲੜਾਕੂ ਗਰੁੱਪ ਨੂੰ ਕੁੱਟ ਦਿੱਤਾ। ਜਦੋਂ ਸਵੇਰੇ ਕਾਲਜ ਜਾ ਕੇ ਉਹਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਉਹ ਇੱਕਦਮ ਡਰ ਗਿਆ। ਉਹਦਾ ਰੰਗ ਉੱਡ ਗਿਆ। ਉਧਰ ਪ੍ਰਿੰਸੀਪਲ ਦੇ ਗਰੁੱਪ ਨੇ ਸਮਝਿਆ ਕਿ ਇਹਨੂੰ ਕਿਸੇ ਨੇ ਉਹਨਾਂ ਦੀ ਸਾਰੀ ਸਕੀਮ ਦੱਸ ਦਿੱਤੀ ਹੈ। ਜਿਸ ਕਰਕੇ ਇਹਨਾਂ ਡਰਿਆ ਫਿਰਦਾ ਹੈ ਪਰ ਅਗਲੇ ਦਿਨ ਉਹਦਾ ਇਹ ਡਰ ਚੁੱਕਿਆ ਗਿਆ ਤੇ ਫਿਰ ਉਸੇ ਤਰ੍ਹਾਂ ਗੀਤ ਗਾਉਣ ਤੇ ਹੱਸਣ ਲੱਗ ਪਿਆ 8-10 ਮੁੰਡੇ ਫਿਰ ਉਹਦੇ ਨਾਲ-ਨਾਲ ਚੱਲਦੇ ਰਹੇ ਇੱਕ ਵਾਰ ਤਾਂ ਇਹ ਬੜਾ ਭਿਆਨਕ ਹਾਸਾ ਹੱਸਿਆ ਜਿਨੇ ਉਹਨਾਂ ਮੁੰਡਿਆਂ ਨੂੰ ਵੀ ਡਰਾਪਦਾ ਹੋਵੇਗਾ ਉਸੇ ਸਮੇਂ ਉਧਰ ਆਉਂਦਾ ਪ੍ਰੋਫੈਸਰ ਗੁਰਸੇਵ ਵਾਲੇ ਗਰੁੱਪ ਦੇ ਲੜਾਕੂ ਮੁੰਡਿਆਂ ਦਾ ਲੀਡਰ ਗੁਰਵਿੰਦਰ ਦੇ ਨਾਲ ਆਉਂਦੇ ਇਹਨਾਂ ਮੁੰਡਿਆਂ ਨੂੰ ਦੇਖ ਕੇ ਕਹਿਣ ਲੱਗਾ ਕਿਵੇਂ ਉਹ ਬਖਤੌਰ ਦੇ ਚਮਚੇਓ ਉਹਦੀ ਇਹ ਗੱਲ ਸੁਣ ਕੇ ਮੁੰਡੇ ਡਰ ਗਏ ਸ਼ਾਇਦ ਉਹਨਾਂ ਨੇ ਪ੍ਰੋਫੈਸਰ ਬਖਤੌਰ ਸਿੰਘ ਨੂੰ ਵੀ ਉਸੇ ਸਮੇਂ ਗੱਲ ਦੱਸੀ ਹੋਵੇ ਜਦੋਂ 5 ਕੁ ਮਿੰਟ ਬਾਅਦ ਪ੍ਰੋਫੈਸਰ ਬਖਤੌਰ ਸਿੰਘ ਸਾਹਮਣੇ ਆਉਂਦਾ ਗੁਰਵਿੰਦਰ ਨੇ ਵੇਖਿਆ ਤਾਂ ਉਹਨੇ ਪ੍ਰੋਫੈਸਰ ਨੂੰ ਸਵੈਕੇ ਹੀ ਸਤਿ ਸ੍ਰੀ ਅਕਾਲ ਬੁਲਾਈ ਹੁਣ ਪ੍ਰੋਫੈਸਰ ਬਖਤੌਰ ਸਿੰਘ ਦਾ ਮੂੰਹ ਇਸ ਤਰ੍ਹਾਂ ਉੱਡਿਆ ਪਿਆ ਸੀ ਤੇ ਉਹਨੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦੇ ਤੇ ਜਿਵੇਂ ਹੋਸ਼ ਛੁੱਡੇ ਹੋਣ ਉਹਨਾਂ ਨੂੰ ਇਹ ਗੱਲ ਜੱਜ ਗਈ ਕਿ ਕੱਲ ਉਹਨਾਂ ਦੇ ਕਿਸੇ ਬੰਦੇ ਨੇ ਉਹਨਾਂ ਦੀ ਸਾਰੀ ਸਕੀਮ ਗੁਰਵਿੰਦਰ ਹੋਰਾਂ ਨੂੰ ਦੱਸ ਦਿੱਤੀ ਸੀ ਤੇ ਅੱਜ ਇਹਨਾਂ ਉਹ ਸਭ ਦੀ ਤਿਆਰੀ ਕਰ ਲਈ ਐਸੇ ਕਰਕੇ ਉਹ ਅੱਜ ਇਨੀ ਖੁਸ਼ੀ ਚ ਫਿਰਦੇ ਆ ਆਮ ਵਾਂਗ ਕਾਲਜ ਤੋਂ ਵਿਲਾ ਹੋ ਕੇ ਗੁਰਵੰਦਰ ਪ੍ਰੋਫੈਸਰ ਗੁਰਸੇਵ ਦੇ ਘਰ ਚਲਾ ਗਿਆ ਦੋ ਕੁ ਘੰਟੇ ਉੱਥੇ ਉਹ ਪ੍ਰੋਫੈਸਰ ਨੂੰ ਸਾਹਿਤ ਦੀ ਕਿਤਾਬ ਪੜ੍ਹ ਕੇ ਸੁਣਾਉਂਦਾ ਰਿਹਾ ਤੇ ਉਸ ਤੋਂ ਬਾਅਦ ਆਪਣੇ ਪਿੰਡ ਨੂੰ ਜਾਣ ਵਾਸਤੇ ਬੱਸ ਅੱਡੇ ਨੂੰ ਚੱਲ ਪਿਆ ਪ੍ਰੋਫੈਸਰ ਗੁਰਸੇਵ ਦੇ ਘਰ ਵੱਲੋਂ ਇੱਕ ਸਿੱਧਾ ਰਾਂਹ ਵੀ ਅੱਡੇ ਵੱਲ ਨੂੰ ਜਾਂਦਾ ਸੀ ਅੱਜ ਪਤਾ ਨਹੀਂ ਕਿਉਂ ਕਾਲਜ ਵੱਲ ਦੀ ਹੋ ਤੁਰਿਆ ਇਧਰ ਹੀ ਪ੍ਰੋਫੈਸਰ ਬਖਤੌਰ ਸਿੰਘ ਦਾ ਵੀ ਘਰ ਸੀ ਤੇ ਅੱਗੋਂ ਪ੍ਰੋਫੈਸਰ ਬਖਤੌਰ ਸਿੰਘ ਆਪਣੇ ਘਰੋਂ ਕਾਲਜ ਵਾਲ ਨੂੰ ਜਾ ਰਿਹਾ ਸੀ ਗੁਰਵਿੰਦਰ ਨੇ ਉਹਨੂੰ ਨਹੀਂ ਵੇਖਿਆ ਪਰ ਉਹਨੇ ਗੁਰਵਿੰਦਰ ਨੂੰ ਵੇਖ ਲਿਆ ਪ੍ਰੋਫੈਸਰ ਨੇ ਗੁਰਵਿੰਦਰ ਨੂੰ ਥੋੜਾ ਦੂਰੋਂ ਹੀ ਵੇਖ ਕੇ ਮੂੰਹ ਕਿੱਛੇ ਨੂੰ ਕਰ ਲਿਆ ਇਸੇ ਤਰ੍ਹਾਂ ਉਹਦੇ ਕੋਲ ਦੀ ਲੰਘਿਆ ਗੁਰਵਿੰਦਰ ਸੋਚੇ ਕਿ ਨੇ ਇਸ ਤਰ੍ਹਾਂ ਕਿਉਂ ਕੀਤਾ ਉਧਰ ਪ੍ਰੋਫੈਸਰ ਬਖਤੌਰ ਸਿੰਘ ਨੂੰ ਇਹ ਗੱਲ ਜੱਜ ਗਈ ਕਿ ਇਹਨਾਂ ਨੇ ਫੇਰ ਪ੍ਰੋਫੈਸਰ ਗੁਰਸੇਵ ਦੇ ਘਰ ਬੈਠ ਕੇ ਉਹਨਾਂ ਦੀ ਸਕੀਮ ਦੇ ਜਵਾਬ ਚ ਕੋਈ ਤਿਆਰੀ ਵਗੈਰਾ ਕੀਤੀ ਹੈ ਤੇ ਹੁਣ ਇਹ ਸਾਰੀ ਤਿਆਰੀ ਹੋਣ ਤੋਂ ਬਾਅਦ ਵਾਪਸ ਜਾ ਰਿਹਾ ਹੈ ਅਸਲ ਗੱਲ ਇਹ ਸੀ ਕਿ ਨਾ ਤਾਂ ਗੁਰਵਿੰਦਰ ਨੂੰ ਉਹਨਾਂ ਦੀ ਕਿਸੇ ਸਕੀਮ ਦਾ ਪਤਾ ਚੱਲਿਆ ਸੀ ਤੇ ਨਾ ਉਹਨਾਂ ਕੋਈ ਤਿਆਰੀ ਕੀਤੀ ਸੀ ਤਿਆਰੀ ਕਿਸਵਾ ਕਰਨੀ ਸੀ ਉਹਨੂੰ ਤਾਂ ਪ੍ਰੋਫੈਸਰ ਬਖਤੌਰ ਸਿੰਘ ਤੇ ਪ੍ਰੋਫੈਸਰ ਗੁਰਸੇਵ ਹੋਰਾਂ ਦੇ ਗਰੁੱਪਾਂ ਦੀ ਆਪਸੀ ਲੜਾਈ ਦੇ ਕਾਰਨ ਦਾ ਵੀ ਪਤਾ ਨਹੀਂ ਸੀ ਪ੍ਰੋਫੈਸਰ ਗੁਰਸੇਵ ਦੇ ਘਰ ਤਾਂ ਉਹ ਛੁੱਟੀ ਤੋਂ ਬਾਅਦ ਹਰ ਰੋਜ਼ ਜਾਂਦਾ ਸੀ ਇੱਥੋਂ ਤੱਕ ਕਿ ਉਹਨੇ ਤਾਂ ਕਦੇ ਪ੍ਰੋਫੈਸਰ ਗੁਰਸੇਵ ਦੇ ਗਰੁੱਪ ਦੇ ਉਸ ਲੜਾਕੂ ਮੁੰਡਿਆਂ ਦੇ ਲੀਡਰ ਨੂੰ ਵੀ ਨਹੀਂ ਬੁਲਾਇਆ ਸੀ ਅਸਲ 'ਚ ਇਹ ਸਾਰੀ ਵਿਧ ਗੁਰਵਿੰਦਰ ਦੀ ਹਰ ਹਾਲਤ ਵਿੱਚ ਰੱਖਿਆ ਕਰਨ ਵਾਲੇ ਸ਼ਹੀਦਾਂ ਨੇ ਬਣਾਈ ਸੀ ਜਿਹੜੇ ਕਿਸੇ ਵੀ ਹਾਲਤ ਵਿੱਚ ਉਹਦਾ ਨੁਕਸਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ ਅਗਲੇ ਦਿਨ ਇਹ ਅਕਲਦਾਨਾ ਬੰਦਾ ਕਾਲਜ ਜਾਣ ਵਾਸਤੇ ਫਿਰ ਤਿਆਰ ਹੋ ਗਿਆ ਕਿਉਂਕਿ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਉਹਨੂੰ ਤਾਂ ਸਭ ਕੁਝ ਨਾਰਮਲ ਲੱਗ ਰਿਹਾ ਸੀ ਇਹਨੇ ਉਹਦੇ ਪਿੰਡ ਤੋਂ ਸਵੇਰੇ ਸੱਜਰੇ ਹਰ ਰੋਜ਼ ਦੀ ਤਰਮਲੇਰ ਕੋਟਲੇ ਦਿਹਾੜੀ ਕਰਨ ਗਏ ਲੋਕ ਵਾਪਸ ਮੁੜਾਏ ਉਹਨਾਂ ਦੱਸਿਆ ਮਲੇਰ ਕੋਟਲੇ ਦਾ ਕਰਫਿਊ ਲੱਗ ਗਿਆ ਕਿਸੇ ਨੂੰ ਵੀ ਸ਼ਹਿਰ ਨਹੀਂ ਜਾਣ ਦਿੱਤਾ ਜਾ ਰਿਹਾ ਥੋੜੀ ਦੇਰ ਬਾਅਦ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਕੱਲ ਅਯੁੱਧਿਆ ਚ ਬਾਬਰੀ ਮਸਜਿਦ ਢਾ ਦਿੱਤੀ ਗਈ ਸੀ। ਉਹਦੇ ਵਿਰੋਧ ਚ ਮਲੇਰ ਕੋਟਲੇ ਦੇ ਮੁਸਲਮਾਨਾਂ ਨੇ ਸ਼ਹਿਰ ਚ ਸਥਿਤ ਹਿੰਦੂ ਮੰਦਰਾਂ ਦੀ ਤੋੜ-ਫੋੜ ਸ਼ੁਰੂ ਕਰ ਦਿੱਤੀ ਸੀ। ਇਸ ਨਾਲ ਸ਼ਹਿਰ ਚ ਹਿੰਦੂ-ਮੁਸਲਮ ਦੰਗੇ ਭੜਕ ਪਏ ਜਿਸ ਕਰਕੇ ਇੱਥੇ ਕਰਫਿਊ ਲਾਉਣਾ ਪਿਆ। ਕਰਫਿਊ ਲੱਗੇ ਨੂੰ ਹਾਲੇ ਹਫ਼ਤਾ ਕੁ ਹੋਇਆ ਸੀ ਕਿ ਗੁਰਵਿੰਦਰ ਨੂੰ ਉਹਨਾਂ ਦੇ ਸ਼ਹੀਦਾਂ ਦਾ ਜੋਸ਼ ਚੜਨ ਲੱਗ ਪਿਆ। ਪਹਿਲੇ ਦਿਨ ਰਾਤ ਨੂੰ ਉਹਨਾਂ ਨੇ ਸੁਪਨੇ ਚ ਗੁਰਵਿੰਦਰ ਨੂੰ ਕੁਝ ਕੰਮਾਂ ਤੋਂ ਰੋਕਿਆ। ਦੂਸਰੀ ਰਾਤ ਉਹਨਾਂ ਪੰਜ ਵਾਰ ਜ਼ੋਰ ਦੀ ਫੜ ਕੇ ਉਹਦਾ ਸਿਰ ਘੁਮਾਇਆ ਤੇ ਉਹਨੂੰ ਦੱਸਿਆ ਕਿ ਜੋ ਜੋ ਕੁਝ ਉਹਨੂੰ ਕਾਲਜ ਚ ਖਵਾਇਆ ਗਿਆ ਉਹਨੂੰ ਬਾਹਰ ਕੱਢਿਆ ਤੀਜੇ ਦਿਨ ਉਹਨੂੰ ਪ੍ਰੋਫੈਸਰ ਬਖਤੌਰ ਸਿੰਘ ਦਿਖਾਇਆ ਜਿਹੜਾ ਕਹਿ ਰਿਹਾ ਸੀ ਕਿ ਮੈਂ ਹਾਈ ਕੋਰਟ ਜਾਵਾਂਗਾ ਤੇ ਫਿਰ ਹਾਈ ਕੋਰਟ ਚੋਂ ਉਹ ਕੇਸ ਹਾਰ ਦਾ ਵਿਖਾਇਆ ਤੇ ਗੁਰਵਿੰਦਰ ਤੇ ਹੁਮੈਰਾ ਇਕੱਠੇ ਬੈਠੇ ਵਿਖਾਏ ਸ਼ਹੀਦਾਂ ਦਾ ਜੋਸ਼ ਵਰਣਨ ਤੋਂ ਬਾਹਰ ਸੀ ਅੰਦਰੋਂ ਡਰਿਆ ਹੋਇਆ ਉਹ ਸ਼ਹੀਦਾਂ ਦੇ ਸਥਾਨ ਤੇ ਗਿਆ ਜਿੱਥੇ ਉਹਨਾਂ ਉਹਨੂੰ ਪਰਤੱਖ ਦਰਸ਼ਨ ਦਿੱਤੇ ਇਸ ਬੰਦੇ ਨੇ ਸ਼ਹੀਦਾਂ ਨੂੰ ਵੀ ਇੱਕ ਪੁੱਠੇ ਕੰਮ ਲਗਾ ਲਿਆ ਸੀ ਜਦੋਂ ਇਹਨੂੰ ਉਹਨਾਂ ਦਾ ਜੋਸ਼ ਚੜ ਗਿਆ ਤਾਂ ਇਹਨੇ ਅਸਮਾਨ ਚ ਉੜਦੇ ਜਾਂਦੇ ਪੰਛੀਆਂ ਨੂੰ ਵੇਖ ਕੇ ਕਹਿਣਾ ਸ਼ੁਰੂ ਕਰਤਾ ਉਹ ਪੰਛੀ ਹੁਣੇ ਬੈਠ ਜਾਏ ਉਹ ਪੰਛੀ ਹੁਣੇ ਦੂਜੇ ਪਾਸੇ ਨੂੰ ਉੱਡ ਜਾਏ ਕੋਠਿਆਂ ਤੇ ਬੈਠੇ ਪੰਛੀਆਂ ਵੱਲ ਵੇਖ ਕੇ ਕਹਿਣਾ ਕਿ ਆਹ ਪੰਛੀ ਹੁਣੇ ਇੱਧਰ ਵਾਲੇ ਪਾਸੇ ਨੂੰ ਉੱਡ ਜਾਏ ਬਿਲਕੁਲ ਹੂ ਬਹੂਵੇਂ ਹੁੰਦਾ ਰਿਹਾ ਕਿਉਂਕਿ ਹੁਣ ਸਭ ਕੁਝ ਉਹਨਾਂ ਦੇ ਕੰਟਰੋਲ ਵਿੱਚ ਸੀ ਪਹਿਲਾਂ ਜਿਵੇਂ ਕਾਲਜ ਵਿੱਚ ਉਹ ਇਸ਼ਕ ਦੇ ਜਨੂਨ ਮੂਰੇ ਬੇਬਸ ਹੋ ਕੇ ਡਿੱਗ ਪਿਆ ਸੀ ਹੁਣ ਸ਼ਹੀਦਾਂ ਦਾ ਜੋਸ਼ ਉਹ ਤੋਂ ਵੀ ਹਜ਼ਾਰਾਂ ਗੁਣਾ ਵੱਧ ਕੇ ਤੇ ਆਨੰਦਮਈ ਸੀ ਇਹ ਜੋਸ਼ ਗਿਰਾਉਣ ਵਾਲਾ ਨਹੀਂ ਸਕੋ ਚੜਦੀ ਕਲਾ ਵਾਲਾ ਸੀ ਇਹ ਜੋਸ਼ ਇਹ ਹਜੇ ਅਜਿਆ ਸੀ ਕਿ ਉਹਦਾ ਦਿਲ ਕਰੇ ਕਿ ਜੇ ਉਹਦੇ ਸਾਹਮਣੇ 50 ਹਜ਼ਾਰ ਬੰਦਾ ਹਥਿਆਰਬੰਦ ਖੜਾ ਕਰਤਾ ਜਾਏ ਉਹਨਾਂ ਸਾਰਿਆਂ ਨਾਲ ਲੜਾਈ ਕਰਕੇ ਉਹਨਾਂ ਨੂੰ ਹਰਾ ਸਕਦਾ ਹੈ ਉਹਦਾ ਦਿਲ ਅੰਦਰੋਂ ਅੰਦਰੀ ਕਹੇ ਕਿ ਲਿਆਓ ਬੰਦੇ ਹੁਣੇ ਉਹਨਾਂ ਨਾਲ ਲੜ ਕੇ ਉਹਨਾਂ ਨੂੰ ਹਰਾ ਕੇ ਵਿਖਾਵਾਂ ਇਹ ਅਵਸਥਾ ਲਿਖ ਕੇ ਨਹੀਂ ਦੱਸੀ ਜਾ ਸਕਦੀ ਸ਼ਾਇਦ ਇਸੇ ਕਰਕੇ ਭਗਤ ਭੀਖੇ ਨੇ ਲਿਖਿਆ ਹੈ ਭੀਖਾ ਬਾਤ ਅਗਮ ਕੀ ਕਹਿਣ ਸੁਣਨ ਮੇ ਨਾਹੀਂ ਜੋ ਜਾਣੇ ਉਹ ਨਹੀਂ ਕਹੇ ਕਹੇ ਸੋ ਜਾਣੇ ਨਹੀਂ ਕਾਫੀ ਦੇਰ ਬਾਅਦ ਗੁਰਵਿੰਦਰ ਦੇ ਮੰਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਹੀ ਗਈ ਸਵਾ ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਵਾਲੀ ਗੱਲ ਆਈ ਹੁਣ ਉਹਨੇ ਮਹਿਸੂਸ ਕੀਤਾ ਕਿ ਗੁਰੂ ਸਾਹਿਬ ਦੀ ਉਹ ਕਿਹੋ ਜਿਹੀ ਗੰਮੀ ਅਵਸਥਾ ਹੋਏਗੀ ਜਦੋਂ ਉਹਨਾ ਇਹ ਕਿਹਾ ਹੋਏਗਾ ਉਹਨਾਂ ਚ ਤੇ ਉਹਨਾਂ ਦੇ ਸਿੱਖਾਂ ਚ ਕਿਹੋ ਜਿਹਾ ਜੋਸ਼ ਹੋਏਗਾ ਕਿੰਨੂ ਕਿੰਨੀ ਕੁ ਸ਼ਕਤੀ ਹੋਏਗੀ ਇਹ ਤਾਂ ਉਹ ਹੀ ਜਾਣਦੀ ਹੈ ਗੁਰਵਿੰਦਰ ਦੇ ਸ਼ਹੀਦ ਵੀ ਤਾਂ ਗੁਰੂ ਆਖਰ ਗੁਰੂ ਗੋਬਿੰਦ ਸਿੰਘ ਦੇ ਹੀ ਇੱਕ ਸਿਪਾਈ ਸਨ ਗੁਰਵਿੰਦਰ ਦੇ ਗਵੰਡੀ ਪਿੰਡ ਦਾ ਇੱਕ ਬੰਦਾ ਜੋ ਕੱਲਾ ਰਹਿੰਦਾ ਸੀ ਉਹ ਹੱਥ ਵਗੈਰਾ ਵੇਖ ਲੈਂਦਾ ਸੀ ਗੁਰਵਿੰਦਰ ਦਾ ਮਿੱਤਰ ਵੀ ਸੀ ਉਹਦੀ ਗੁਰਵਿੰਦਰ ਨੇ ਬਹੁਤ ਸਹਾਇਤਾ ਕੀਤੀ ਹੋਈ ਸੀ ਤੇ ਗੁਰਵਿੰਦਰ ਨੇ ਸਕੂਲ ਜਾਣਾ ਸ਼ੁਰੂ ਕਰਤਾ ਉਹ ਡਰ ਰਿਹਾ ਸੀ ਕਿ ਪਤਾ ਨਹੀਂ ਕਾਲਜ 'ਚ ਕੀ ਹੋ ਰਿਹਾ ਹੋਵੇਗਾ ਹੁਣ ਕਰਫਿਊ ਖੁੱਲ ਚੁੱਕਾ ਹੋਵੇਗਾ ਤੇ ਸਿਰਫ 3 ਦਿਨ ਕਾਲਜ ਲੱਗਣਾ ਸੀ ਅੱਗੇ ਫਿਰ ਵੀ ਛੁੱਟੀਆਂ ਸੀ ਗੁਰਵਿੰਦਰ ਨੇ ਉਹਨੂੰ ਪੁੱਛਿਆ ਕਿ ਕੀ ਉਹ ਕੱਲ ਨੂੰ ਕਾਲਜ ਜਾਵੇ ਕਿ ਨਾ ਉਹਨੇ ਗੁਰਵਿੰਦਰ ਨੂੰ ਕਿਹਾ ਕਿ ਤੂੰ ਚਲਾ ਜਾ ਉਹ ਤਾਂ ਆਪ ਕਬਰਾਂ 'ਇ ਫਿਰਦੀ ਹੈ ਨਾਲ ਹੀ ਕਹਿਣ ਲੱਗਾ ਕਿ ਉਹ ਤੈਨੂੰ ਚਾਹ ਪਲਾਉਣਗੇ ਤੈਨੂੰ ਪਤਾ ਵੀ ਹੋਏਗਾ ਤੇ ਤੂੰ ਫਿਰ ਵੀ ਚਾਹ ਪੀ ਲੈਣੀ ਹੈ ਪਰ ਇਹਦੇ ਨਾਲ ਤੈਨੂੰ ਕੁਝ ਨਹੀਂ ਹੋਣਾ ਨਾਲ ਹੀ ਉਹਨੇ ਗੁਰਵਿੰਦਰ ਨੂੰ ਇੱਕ ਲੱਡੂ ਖਾਣ ਵਾਸਤੇ ਦਿੱਤਾ ਜਿਹਦੇ ਇੱਕ ਪਾਸੇ ਸੰਧੂਰ ਲੱਗਾ ਸੀ ਗੁਰਵਿੰਦਰ ਨੇ ਝਾਟੂ ਲੱਡੂ ਉਹ ਤੋਂ ਲੈ ਕੇ ਖਾ ਲਿਆ ਪਰ ਅਸਲ ਵਿੱਚ ਕਾਲਜ ਵਾਲੇ ਪ੍ਰੋਫੈਸਰ ਬਖਤੌਰ ਸਿੰਘ ਦੇ ਗਰੁੱਪ ਨੇ ਗੁਰਵਿੰਦਰ ਦੇ ਪਿੰਡ ਆ ਕੇ ਇਹ ਵੇਖਣਾ ਸ਼ੁਰੂ ਕਰ ਦਿੱਤਾ ਕਿ ਉਹ ਇਹਨਾਂ ਦਿਨਾਂ 'ਚ ਕੀ ਕਰਦਾ ਹੈ ਕਿੱਥੇ ਜਾਂਦਾ ਹੈ ਗੁਰਵਿੰਦਰ ਨੂੰ ਉਸ ਵਿਅਕਤੀ ਕੋਲ ਆਉਂਦਾ ਵੇਖ ਕੇ ਉਹਨਾਂ ਨੇ ਵੀ ਉਸ ਬੰਦੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਉਸ ਬੰਦੇ ਕੋਲ ਇੱਕ ਟੀਵੀ ਸੀ ਤੇ ਜਿਸ ਦਿਨ ਟੀਵੀ ਤੇ ਫਿਲਮ ਆਉਂਦੀ ਸੀ ਉਹ ਬੱਚਿਆਂ ਤੋਂ 25-25 ਪੈਸੇ ਲੈ ਕੇ ਉਹਨਾਂ ਨੂੰ ਫਿਲਮ ਦਿਖਾਉਂਦਾ ਸੀ ਉਹ ਤਾਂ ਥੋੜੇ ਜਿਹੀ ਪੈਸਿਆਂ ਵਿੱਚ ਹੀ ਖਰੀਦਿਆ ਗਿਆ ਉਹਨਾਂ ਨੇ ਹੀ ਉਹਨੂੰ ਸੰਧੂਰ ਲੱਗੇ ਵਾਲਾ ਲੱਡੂ ਦੇ ਕੇ ਗੁਰਵਿੰਦਰ ਨੂੰ ਖਵਾਉਣ ਵਾਸਤੇ ਕਿਹਾ ਸੀ ਜਦੋਂ ਗੁਰਵਿੰਦਰ ਨੇ ਉਹ ਤੋਂ ਪੁੱਛਿਆ ਕਿ ਕੀ ਉਹ ਕੱਲ ਨੂੰ ਕਾਲਜ ਜਾਏ ਕਿ ਨਾ ਤਾਂ ਉਹਨੇ ਕਿਹਾ ਕਿ ਉਹ ਤਾਂ ਆਪ ਘਰ ਆਏ ਹੋਏ ਨੇ ਤੇ ਤੂੰ ਕਾਲਜ ਚਲਾ ਜਾ ਉਥੇ ਕੋਈ ਗੱਲ ਨਹੀਂ ਐ ਬਸ ਉਹਦੀ ਇਸ ਗੱਲ ਤੇ ਵਿਸ਼ਵਾਸ ਕਰਕੇ ਇਸ ਉਜੜ ਬੰਦੇ ਨੇ ਕਾਲਜ ਜਾਣ ਦਾ ਫੈਸਲਾ ਕਰ ਲਿਆ ਅਗਲੇ ਦਿਨੇ ਕਾਲਜ ਜਾਣ ਵਾਸਤੇ ਤਿਆਰ ਹੋ ਗਿਆ ਕਰ ਦੇ ਕਰਾਉਂਦੇ ਨੂੰ ਡਰ ਦੇ ਡਰਾਉਂਦੇ ਨੂੰ ਸਵੇਰੇ 10 ਵਜੇ ਤੇ ਜਦੋਂ ਸਾਈਕਲ ਚੁੱਕ ਕੇ ਕਾਲਜ ਨੂੰ ਤੁਰਨ ਲੱਗਿਆ ਤਾਂ ਉਹਦੇ ਚਾਚੇ ਦੇ ਲੜਕੇ ਨੇ ਘਟੋ ਘਟ 20 ਵਾਰ ਕਿਹਾ ਵੀ ਤੂੰ ਨਾ ਜਾ ਤੂੰ ਨਾ ਜਾ ਤੂੰ ਜਾ ਨਾ ਇਹ ਉਹਦੇ ਕਹਿ ਤੇ ਰੁਕ ਜਾਂਦਾ ਪਰ ਗਵਾਂਢੀ ਪਿੰਡ ਦੇ ਉਸ ਬੰਦੇ ਵੱਲੋਂ ਕਾਲਜ ਜਾਣ ਬਾਰੇ ਕਹਿ ਜਾਣ ਕਰਕੇ ਮਨ ਬਣਾ ਲਿਆ ਅਸਲ ਵਿੱਚ ਉਹਦੇ ਚਾਚੇ ਦੇ ਲੜਕੇ ਤੋਂ ਉਹਨਾਂ ਦੇ ਸ਼ਹੀਦ ਹੀ ਅਖਵਾ ਰਹੇ ਸਨ ਦੂਸਰਾ ਉਹਨਾਂ ਸ਼ਹੀਦਾਂ ਦੀ ਦੱਸੀ ਪ੍ਰੋਫੈਸਰ ਬਖਤੌਰ ਸਿੰਘ ਵੱਲੋਂ ਹਾਈ ਕੋਰਟ ਜਾਣ ਵਾਲੀ ਗੱਲ ਨੇ ਵੀ ਡਰਾ ਦਿੱਤਾ ਕਿ ਉਹਦਾ ਪਿਤਾ ਉਹਨੂੰ ਗਾਲ੍ਹਾਂ ਦੇਵੇਗਾ ਕਿ ਇਹ ਤੂੰ ਕੀ ਕੀਤਾ ਅਸਲ 'ਚ ਉਹਨੂੰ ਲੱਗਿਆ ਹੀ ਨਹੀਂ ਕਿ ਉਹ ਖੂ ਤੋ ਖੂ ਪੁੱਟੀ ਜਾ ਰਿਹਾ ਹੈ ਬਸ ਧਮਕੀ ਵਾਲੀ ਗੱਲ ਆ ਕੇ ਉਹ ਜ਼ਰੂਰ ਬਹੁਤ ਡਰ ਗਿਆ ਸੀ ਪਰ ਇਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਮਾਨ ਚੋਂ ਨਿਕਲਿਆ ਤੀਰ ਤੇ ਜ਼ਬਾਨੋਂ ਨਿਕਲੀ ਗੱਲ ਵਾਪਸ ਨਹੀਂ ਮੁੜਦੀ ਜਿਹੜਾ ਖੂ ਪੁੱਟਣਾ ਸੀ ਉਹ ਤਾਂ ਪੁੱਟਿਆ ਗਿਆ ਕਾਸ਼ ਕਿ ਕਾਲਜ ਵਿੱਚ ਇਹਦੇ ਕੋਈ ਚਾਰ ਚਪੇੜਾਂ ਹੀ ਲਾ ਦਿੰਦਾ ਤੇ ਇਹਦੀ ਅਕਲ ਟਿਕਾਣੇ ਆ ਜਾਂਦੀ ਪਰ ਇਹਨੂੰ ਤਾਂ ਸ਼ਹੀਦਾਂ ਨੇ ਫੁੱਲ ਵੀ ਫੁੱਲ ਦੀ ਛੱਟ ਵੀ ਨਹੀਂ ਸੀ ਲੱਗਣ ਦਿੱਤੀ ਉਹਨੇ ਘਰੋਂ ਸਾਈਕਲ ਬਾਹਰ ਕੱਢਿਆ ਥੋੜਾ ਡਰਦਾ ਡਰਦਾ ਕਾਲਜ ਵੱਲੋਂ ਚੱਲ ਪਿਆ ਕਾਲਜ ਦੇ ਨੇੜੇ ਉਹਨਾਂ ਦੇ ਇੱਕ ਰਿਸ਼ਤੇਦਾਰ ਰਹਿੰਦੇ ਸੀ ਉਹ ਸਿੱਧਾ ਉਹਨਾਂ ਦੇ ਘਰ ਚਲਾ ਗਿਆ ਉੱਥੇ ਸਾਈਕਲ ਖੜਾਇਆ ਕਾਲਜ ਵੱਲ ਵੇਖਿਆ ਕਾਲਜ ਬੰਦ ਪਿਆ ਸੀ ਚਾਹੀਦਾ ਤਾਂ ਇਹ ਸੀ ਕਿ ਉੱਥੋਂ ਹੀ ਮੋੜ ਆਉਂਦਾ ਪਰ ਇਹ ਸੂਜ ਝੱਡ ਨੇ ਸਗੋਂ ਕਾਲਜ ਦੇ ਮੇਨ ਗੇਟ ਵੱਲੋਂ ਵਧਣਾ ਸ਼ੁਰੂ ਕਰਤਾ ਕਾਲਜ ਅੱਗੇ ਸੋਨਸਾਨ ਪਈ ਸੀ ਕਿਤਾਬਾਂ ਵਾਲੀ ਦੁਕਾਨ ਦੇ ਸਾਹਮਣੇ ਉਹਨਾ ਮੁਕੇਸ਼ ਨੂੰ ਖੜਾਇਆ ਹੋਇਆ ਸੀ ਤੇ ਜਦੋਂ ਗੁਰਵਿੰਦਰ ਕਾਲਜ ਦੇ ਗੇਟ ਦੇ ਨੇੜੇ ਆਇਆ ਮੁਕੇਸ਼ ਨੇ ਇੱਕਦਮ ਅਚੰਭੇ ਜੈ ਨਲੈ ਸਵਲ ਵੇਖਿਆ ਵੇਖ ਤਾਂ ਸ਼ਾਇਦ ਉਹਨੇ ਦੂਰੋਂ ਆਉਂਦੇ ਨੂੰ ਵੀ ਲਿਆ ਹੋਵੇਗਾ ਤੇ ਮੁਕੇਸ਼ ਤੇ ਗੁਰਵਿੰਦਰ ਵੱਲ ਵੇਖਣ ਦੀ ਦੇਰ ਸੀ ਕਿ ਉਹ ਨੂੰ ਜਿਵੇਂ ਕਿਸੇ ਚੀਜ਼ ਨੇ ਤੰਗ ਕਰਨਾ ਸ਼ੁਰੂ ਕਰਤਾ ਉਹ ਦੁਬਾਰਾ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਸਾਈਕਲ ਚੁੱਕਿਆ ਪਿੰਡ ਨੂੰ ਆ ਗਿਆ ਪਿੰਡ ਆਉਂਦੇ ਆਉਂਦੇ ਉਹਦਾ ਬੁਰਾ ਹਾਲ ਹੋ ਗਿਆ ਘਰ ਆ ਕੇ ਉਹਨੇ ਮੰਜੀਆਂ ਦੀਆਂ ਬਾਈਆਂ ਨੂੰ ਬੁਰਕ ਵੱਢਣੇ ਸ਼ੁਰੂ ਕਰ ਦਿੱਤੇ ਉਹਦਾ ਸਰੀਰ ਵੀ ਜਿਵੇਂ ਦੋ ਕੁ ਕੰਟੇਆਂ ਚ ਅੱਧਾ ਰਹਿ ਗਿਆ ਸੀ ਜਿਹੜੀ ਵੀ ਚੀਜ਼ ਉਹਨੂੰ ਖਾਈ ਦਿੰਦੀ ਉਹ ਉਸੇ ਨੂੰ ਬੁਰਕੀਆਂ ਵੱਢਣ ਲੱਗ ਜਾਏ ਘਰਦਿਆਂ ਨੂੰ ਸਮਝ ਨਾ ਆਏ ਕਿ ਸਵੇਰੇ ਤਾਂ ਘਰੋਂ ਚੰਗਾ ਭਲਾ ਗਿਆ ਸੀ ਇਹਨੂੰ ਕੀ ਹੋ ਗਿਆ ਅਸਲ 'ਚ ਇਹਨਾਂ ਦੇ ਬਾਬੇ ਸ਼ਹੀਦ ਸਨ ਜਿਨ੍ਹਾਂ ਦੀ ਇੰਨੀ ਮਿਹਨਤ ਕਰਕੇ ਬਣਾਈ ਸਕੀਮ ਉੱਪਰ ਗੁਰਵੰਦਰ ਨੇ ਪਾਣੀ ਫੇਰ ਦਿੱਤਾ ਸੀ ਉਹੀ ਹੁਣ ਉਹਨੂੰ ਤੰਗ ਕਰ ਰਹੇ ਸੀ ਜਦੋਂ ਉਹਦੀ ਹਾਲਤ ਜ਼ਿਆਦਾ ਹੀ ਖਰਾਬ ਹੋ ਗਈ ਗੁਰਵਿੰਦਰ ਦੇ ਘਰ ਵਾਲੇ ਉਹਨੂੰ ਨਾਲ ਦੇ ਪਿੰਡ ਵਾਲੇ ਸਨਾਤਨੀ ਡੇਰੇ ਵਾਲੇ ਬਾਬੇ ਕੋਲ ਲੈ ਗਏ ਜਿਨੇ ਸੱਤ ਧਾਗੇ ਲਏ ਤੇ ਇਕੱਠੇ ਕਰਕੇ ਫਿਰ ਨਾਲੇ ਉਹਨਾਂ ਨੂੰ ਗੰਢਾ ਦੇਈ ਜਾਵੇ ਨਾਲੇ ਕੋਈ ਮੰਤਰ ਜਿਹਾ ਪੜ੍ਹੀ ਜਾਵੇ ਏਤੋਂ ਬਾਅਦ ਉਹਨੇ ਸੱਤਾਂ ਤੋਂ ਇੱਕ ਬਣਿਆ ਇਹ ਧਾਗਾ ਗੁਰਵਿੰਦਰ ਦੇ ਖੱਬੇ ਡੋਲੇ ਨਾਲ ਬੰਨ ਦਿੱਤਾ ਧਾਗਾ ਬੰਨਣ ਦੀ ਦੇਰ ਸੀ ਇਕਦਮ ਠੀਕ ਹੋ ਗਿਆ ਕਾਲਜ ਸਿਰਫ 2 ਦਿਨ ਲੱਗਣਾ ਸੀ ਅਗਲੇ ਦਿਨ ਉਹ ਕਾਲਜ ਨਹੀਂ ਗਿਆ ਉਤੋਂ ਅਗਲੇ ਦਿਨ ਉਹ ਫੇਰ ਕਾਲਜ ਚਲਾ ਗਿਆ। ਜਾਨ ਸਰ ਮੁਕੇਸ਼ ਉਹਨੂੰ ਚਾਹ ਵਾਲੀ ਦੁਕਾਨ ਤੇ ਲੈ ਗਿਆ ਤੇ ਚਾਹ ਬਣਾਉਣ ਵਾਲੇ ਨੇ ਉਹਨਾਂ ਅੱਗੇ ਦੋ ਗਲਾਸ ਚਾਹ ਦੇ ਬਣਾ ਕੇ ਰੱਖ ਦਿੱਤੇ ਤੇ ਜਦੋਂ ਗੁਰਵਿੰਦਰ ਨੇ ਆਪਣੇ ਵਾਲਾ ਗਲਾਸ ਚੁੱਕਿਆ ਤਾਂ ਉਹਨਾਂ ਦੇ ਸ਼ਹੀਦਾਂ ਨੇ ਇੱਕਦਮ ਉਹਦੇ ਮੱਥੇ 'ਚ ਜਿਵੇਂ ਇੱਟ ਮਾਰੀ ਹੋਵੇ ਕਿ ਤੂੰ ਇਹ ਚਾਹ ਨਾ ਪੀ। ਇਸ ਵਿੱਚ ਕੁਝ ਗਲਤ ਚੀਜ਼ ਹੈ। ਹੁਣ ਪਤਾ ਨਹੀਂ ਇਹ ਸੰਧੂਰ ਲੱਗੇ ਗੁਰਵਿੰਦਰ ਨੂੰ ਖਵਾਏ ਗਏ ਲੱਡੂ ਦਾ ਅਸਰ ਸੀ ਜਾਂ ਉਸ ਬੰਦੇ ਵੱਲੋਂ ਕਹੀ ਗਈ ਇਹ ਗੱਲ ਕਿ ਤੈਨੂੰ ਪਤਾ ਹੀ ਹੋਏਗਾ। ਕਿ ਚਾਹ ਵਿੱਚ ਕੁਝ ਹੈ ਪਰ ਤੈਂ ਫਿਰ ਵੀ ਪੀ ਲੈਣੀ ਹੈ ਇਸ ਨਾਲ ਤੈਨੂੰ ਕੁਝ ਨਹੀਂ ਹੋਣ ਲੱਗਾ। ਉਹਦੇ ਮਨ 'ਚ ਆਇਆ ਕਿ ਪਹਿਲਾਂ ਵੀ ਤਾਂ ਇਹਨਾਂ ਨੇ ਉਹਨੂੰ ਈਨੀ ਵਾਰ ਚਾਹ ਪਲਾਈ ਹੈ ਹੁਣ ਕੀ ਹੋ ਜਾਏਗਾ? ਇਹ ਸੋਚਦਿਆਂ ਉਹਨੇ ਚਾਹ ਪੀ ਲਈ। ਮੁਕੇਸ਼ ਜੇਤੂ ਅੰਦਾਜ਼ 'ਚ ਉਹਨੂੰ ਕਾਲਜ ਲੈ ਗਿਆ। ਉੱਥੇ ਉਹ ਗੇੜਾ ਜਿਹਾ ਦੇ ਕੇ ਕਾ ਫੇਰ ਕਰੂੰ ਚਲਾ ਗਿਆ। ਹੁਣ ਫੇਰ ਉਹਦਾ ਹੋਈ ਹਾਲ ਹੋਣ ਲੱਗ ਪਿਆ ਜਿਹੜਾ ਪਹਿਲਾਂ ਹੋਇਆ ਸੀ। ਉਹਦੀ ਬੁਰੀ ਹਾਲਤ ਹੋ ਗਈ। ਉਹ ਦਿਨ ਰਾਤ ਤੜਫੀ ਜਾਵੇ। ਉਹਦੇ ਘਰਦਿਆਂ ਨੂੰ ਕੁਝ ਸਮਝ ਨਾ ਲੱਗੇ ਵੀ ਇਹ ਕੀ ਹੋ ਰਿਹਾ ਹੈ। ਉਹਨੂੰ ਵੀ ਕੁਝ ਪਤਾ ਨਾ ਲੱਗੇ ਕਿ ਇਹ ਜੇ ਆ ਕਿਉਂ ਹੋ ਰਿਹਾ ਹੈ ਇਹ ਫਿਰ ਉਹਦੇ ਬਾਬੇ ਸ਼ਹੀਦ ਸਨ ਜਿਨ੍ਹਾਂ ਦੀ ਆਖਰੀ ਆਸਵੀ ਉਹਤ ਬੰਦੇ ਨੇ ਮਿੱਟੀ 'ਚ ਮਲਾਤੀ ਸੀ ਅਖੀਰ ਤੜਪਦਿਆਂ ਤੜਪਦਿਆਂ ਇੱਕ ਦਿਨ ਗੁਰਵਿੰਦਰ ਨੂੰ ਲੱਗਿਆ ਕਿ ਜਿਵੇਂ ਉਹਦੀ ਜਾਨ ਨਿਕਲ ਗਈ ਹੈ ਉਹਨੂੰ ਲੱਗਿਆ ਕਿ ਅੱਜ ਉਹਨੇ ਮਰ ਜਾਣਾ ਹੈ ਉਹਨੇ ਘਰਦਿਆਂ ਨੂੰ ਇਹ ਗੱਲ ਦੱਸੀ ਤੇ ਉਸ ਕੋਲ ਜੋ ਕੁਝ ਪੈਸੇ ਸਨ ਉਹ ਲਿਆ ਕੇ ਆਪਣੀ ਮਾਂ ਨੂੰ ਫੜਾਤੇ ਕਿ ਮੈਂ ਤਾਂ ਹੁਣ ਮਰ ਹੀ ਜਾਣਾ ਹੈ ਆ ਪੈਸੇ ਤੂੰ ਰੱਖ ਲੈ ਉਹਦੀ ਮਾਂ ਨੇ ਪੈਸੇ ਫੜਤਾ ਲਈ ਪਰ ਰੋਣ ਲੱਗ ਪਈ ਆਸ ਤੇ ਉਲਟ ਹੋсэн ਮਰੀਆਨਾ ਚਾਰਕੂ ਦਿਨ ਹੋਰ ਲੰਘ ਗਏ ਇੱਕ ਦਿਨ ਰਾਤ ਨੂੰ ਗੁਰਵਿੰਦਰ ਦੇ ਸ਼ਹੀਦ ਉਹਨੂੰ ਸਾਰੀ ਰਾਤ ਵਿਖਾਉਂਦੇ ਰਹੇ ਕਿ ਸਵੇਰੇ ਤੈਨੂੰ ਲੀਰੋਂ ਪਾੜੋਂ ਲੈ ਕੇ ਜਾਣਗੇ ਤੂੰ ਉੱਥੇ ਬਿਲਕੁਲ ਨਾ ਜਾਇਂ ਉਹਨਾਂ ਨੇ ਉਹਨੂੰ ਦੱਸਿਆ ਕਿ ਹੁਣ ਅਸੀਂ ਤੈਨੂੰ ਆਪਣੇ ਕੋਲ ਲੈ ਜਾਵਾਂਗੇ ਇਹੀ ਹੁਣ ਪਰਿਵਾਰ ਨੂੰ ਬਚਾਉਣ ਦਾ ਆਖਰੀ ਹੱਲ ਬਚਿਆ ਉਹਦੇ ਉੱਥੇ ਜਾਣ ਦੀ ਸੂਰਤ ਵਿੱਚ ਉਹਨਾਂ ਨੇ ਉਹਨੂੰ ਉਹਨਾਂ ਦਾ ਸਾਰਾ ਪਰਿਵਾਰ ਨੰਗੀ ਹਾਲਤ ਚ ਵਿਖਾਇਆ ਜਿਨ੍ਹਾਂ ਨੂੰ ਪ੍ਰੋਫੈਸਰ ਬਖਤੌਰ ਸਿੰਘ ਤੇ ਉਹਦੇ ਸਾਥੀ ਤਸੀਹੇ ਦੇ ਰਹੇ। ਜਦੋਂ ਕੁਝ ਸਮੇਂ ਬਾਅਦ ਗੁਰਵਿੰਦਰ ਨੇ ਗੁਰਬਾਣੀ ਵਿੱਚ ਲਈ ਇਹ ਤੁਕ ਅਖੰਡ ਪਾਠ ਚੱਲਦੇ ਸਮੇਂ ਸੁਣੀ ਕਿ ਨਾਂਗੇ ਆਇਓ ਨਾਂਗੇ ਜਾਇਓ ਤਾਂ ਉਹਨੂੰ ਇਹਨਾਂ ਉਹਨਾਂ ਦੇ ਸ਼ਹੀਦਾਂ ਵੱਲੋਂ ਦਿਖਾਈ ਗਈ ਉਪਰੋਕਤ ਗੱਲ ਨੇ ਬਹੁਤ ਜ਼ਿਆਦਾ ਡਰਾ ਦਿੱਤਾ। ਅਗਲੇ ਦਿਨ ਗੁਰਵਿੰਦਰ ਦੇ ਪਿਤਾ ਨੇ ਸਵੇਰੇ ਉੱਠਦੇ ਆ ਹੀ ਉਹਦੇ ਚਾਚੇ ਨੂੰ ਕਿਹਾ ਵੀ ਇਹਨੂੰ ਲੀਰੋਂ ਪਾੜੋਂ ਲੈ ਜਾ। ਪਰ ਉਹਦੇ ਚਾਚੇ ਨੇ ਕਹਿੰਦੇ ਆ ਜਵਾਬ ਦੇ ਦਿੱਤਾ ਕਿ ਉਹ ਤਾਂ ਘਰ ਪਟਦਾ ਹੈ। ਮੈਨੂੰ ਲੈ ਕੇ ਜਾਣਾ ਗੁਰਵਿੰਦਰ ਦੇ ਪਿਤਾ ਨੂੰ ਕਿਸੇ ਸਾਧ ਕੋਲ ਜਾਣ ਦੀ ਗੱਲ ਦੀ ਬਿਲਕੁਲ ਵੀ ਆਸ ਨਹੀਂ ਸੀ ਕੀਤੀ ਜਾ ਸਕਦੀ ਉਹ ਤਾਂ ਜਏ ਸਾਧਾਂ ਦੇ ਬੇहद ਖਿਲਾਫ ਸੀ ਪਤਾ ਨਹੀਂ ਉਹਨੇ ਅਜਿਹੀ ਗੱਲ ਕਿਉਂ ਕਹੀ ਸ਼ਾਇਦ ਉਹਦੇ ਚਾਚੇ ਤੋਂ ਵੀ ਉਹਦੇ ਸ਼ਹੀਦਾਂ ਨੇ ਲੀਰੋਂ ਪਾੜੋਂ ਨਾਂ ਲੈ ਕੇ ਜਾਣ ਬਾਰੇ ਕੁਆਇਆ ਹੋਏਗਾ ਕਿਉਂਕਿ ਹੁਣ ਉਹਦੇ ਪਰਿਵਾਰ ਦੀ ਭਲਾਈ ਇਸ ਗੱਲ 'ਚ ਸੀ ਕਿ ਉਹਨੂੰ ਮਰ ਜਾਣ ਦਿੱਤਾ ਜਾਏ ਤੇ ਆਪਣੇ ਸ਼ਹੀਦਾਂ ਕੋਲ ਜਾਣ ਦੇ ਦਿੱਤਾ ਜਾਏ ਗੁਰਵਿੰਦਰ ਦੇ ਚਾਚੇ ਵੱਲੋਂ ਇਨਕਾਰ ਕਰਨ ਤੇ ਗੁਰਵਿੰਦਰ ਦੇ ਪਿਤਾ ਨੇ ਉਦੀ ਮਾਤਾ ਨੂੰ ਉਹਨੂੰ ਲੀਰੋਂ ਪਾੜੋਂ ਲੈ ਕੇ ਜਾਣ ਬਾਰੇ ਕਿਹਾ। ਉਹਦੀ ਮਾਂ ਉਹਦੇ ਪਿਤਾ ਤੋਂ ਡਰਦੀ ਸੀ, ਉਹ ਤਾਂ ਉਹਦਾ ਵਿਰੋਧ ਕਰ ਹੀ ਨਹੀਂ ਸਕਦੀ। ਡਰਦਾ ਤਾਂ ਗੁਰਵਿੰਦਰ ਵੀ ਸੀ ਪਰ ਉਹਨੇ ਆਪਣੇ ਮਾਤਾ ਨਾਲ ਨਾ ਜਾਣ ਵਾਸਤੇ ਬਹੁਤ ਜ਼ੋਰ ਲਾਇਆ। ਉਹ ਬਾਰ-ਬਾਰ ਕਹੇ ਕਿ ਉਹ ਸਾਰੇ ਟੱਬਰ ਨੂੰ ਨੰਗਾ ਕਰਕੇ ਤਸੀਹੇ ਦੇਣਗੇ। ਤੂੰ ਮੈਨੂੰ ਨਾ ਲੈ ਕੇ ਜਾ। ਨਾ ਲੈ ਕੇ ਜਾ। ਪਰ ਉਹਦੇ ਪਿਤਾ ਤੋਂ ਡਰਦੀ ਰੁਕੀ ਉਹਦੀ ਮਾਂ ਵੀ ਨਾ ਤੇ ਪੂਰੀ ਤਰ੍ਹਾਂ ਅੜ ਗੁਰਵਿੰਦਰ ਤੋਂ ਵੀ ਨਾ ਹੋਇਆ। ਵਿਰੋਧ ਕਰਦਾ ਕਰਦਾ ਹੀ ਆਪਣੀ ਮਾਂ ਨਾਲ ਬਸ ਤੇ ਬੈਠ ਗਿਆ ਸਾਰੇ ਰਾਹ ਆਪਣੀ ਮਾਂ ਨੂੰ ਵਾਪਸ ਮੁੜ ਜਾਣ ਵਾਸਤੇ ਕਹਿੰਦਾ ਰਿਹਾ ਤੇ ਅਖੀਰ ਉਸਾਦ ਦੇ ਡੇਰੇ ਪੁੱਜ ਗਏ ਸਾਦ ਬਾਹਰ ਖੜਾ ਕੁਝ ਕਰ ਰਿਹਾ ਸੀ ਪਰ ਉਹਨਾਂ ਨੂੰ ਵੇਖ ਕੇ ਅੰਦਰ ਇੱਕ ਬੈਂਚ ਤੇ ਜਾ ਬੈਠਾ ਗੁਰਵਿੰਦਰ ਉੱਥੇ ਵੀ ਕਿੰਨਾ ਚਿਰ ਸਾਦ ਕੋਲ ਨਾ ਜਾਣ ਵਾਸਤੇ ਅੜਿਆ ਰਿਹਾ ਕਿੰਨੀ ਦੇਰ ਤੋਂ ਬਾਅਦ ਉਹਦੀ ਮਾਂ ਦੇ ਬਾਰ-ਬਾਰ ਕਹਿਣ ਤੇ ਉਹ ਸਾਦ ਕੋਲ ਚਲਾ ਗਿਆ ਤੇ ਜਦੋਂ ਸਾਦ ਦੇ ਕੋਲ ਗਿਆ ਤਾਂ ਉਹਦੇ ਮੂੰਹ ਨਾਲ ਮੂੰਹ ਲਾ ਕੇ ਕੁਝ ਪੜਦਾ ਤੇ ਵਿੱਚ ਵਿੱਚ ਇਸ ਤਰ੍ਹਾਂ ਵੀ ਕਰਦਾ ਰਿਹਾ ਜਿਵੇਂ ਅੰਦਰ ਨੂੰ ਸਾਝ ਅਕੜੀ ਸਦਾ ਹੋਵੇ। ਇਤੋਂ ਬਾਅਦ ਉਹਨੇ ਆਪਣੇ ਕੋਲੋਂ ਇੱਕ ਰਾਖ ਦੇ ਦਿੱਤੀ ਤੇ ਕਿਹਾ ਕਿ ਨਹਾਉਣ ਵੇਲੇ ਇਹ ਰਾਖ ਪਾਣੀ ਚ ਪਾ ਕੇ ਨਹਾਵੇ। ਘਰ ਆ ਗਏ। ਉਸੇ ਰਾਤ ਸਵੇਰੇ 4 ਵਜੇ ਉਹਨਾਂ ਦੇ ਸ਼ਹੀਦਾਂ ਨੇ ਪੰਜ-ਛੇ ਵਾਰ ਗੁਰਵਿੰਦਰ ਦੀ ਜਾਨ ਕੱਢਣ ਦੀ ਕੋਸ਼ਿਸ਼ ਕੀਤੀ। ਇਹ ਉਹਦੇ ਦਿਲ ਤੋਂ ਚੱਲ ਕੇ ਉਹਦੀ ਖੱਬੀ ਬਾਹ ਨਾਲ ਬੰਨੇ ਧਾਗੇ 'ਚ ਆੜ ਜਾਂਦੀ ਸੀ। ਗੁਰਵਿੰਦਰ ਨੇ ਉਹ ਧਾਗਾ ਖੋਲ ਦਿੱਤਾ ਪਰ ਇਸ ਤੋਂ ਬਾਅਦ ਕੁਝ ਨਹੀਂ ਹੋਇਆ। ਗੁਰਵਿੰਦਰ ਨੂੰ ਉਸ ਸਾਥ ਦੀ ਰਾਖ ਬਿਉ ਵਰਗੀ ਲੱਗਦੀ ਉਹ ਰਸਤੇ ਵਿੱਚ ਵੀ ਇਹਨੂੰ ਬੁਰਾ ਭਲਾ ਕਹਿੰਦਾ ਰਿਹਾ ਸੀ ਉਹਦਾ ਆਪਣੇ ਪਿਆਰੇ ਸ਼ਹੀਦਾਂ ਨਾਲ ਮਿਲਾਪ ਰੁਕ ਗਿਆ ਸੀ ਗੁਰਵਿੰਦਰ ਦਾ ਸਿਰ ਕੁਝ ਦਿਨਾਂ ਬਾਅਦ ਜਿਵੇਂ ਪੱਥਰ ਬਣ ਗਿਆ ਸੀ ਦੋ ਕੁ ਮਹੀਨੇ ਹੋਏਵੇਂ ਹੀ ਰਿਹਾ ਉਹਨੇ ਬਹੁਤ ਔਖਾ ਸਮਾਂ ਕੱਢਿਆ ਇਸ ਨਾਲ ਉਹਦੀ ਪੜ੍ਹਾਈ ਵੀ ਛੁੱਟ ਗਈ ਪੇਪਰ ਉਹਨੇ ਫੇਰ ਕੀ ਦੇਣੇ ਸੀ ਕਿਉਂਕਿ ਪੇਪਰ ਦੇਣ ਦੀ ਹਾਲਤ ਵਿੱਚ ਤਾਂ ਉਹ ਹੈ ਹੀ ਨਹੀਂ ਸੀ ਅੰਗ 7ਵਾਂ ਖੈਰ ਅਗਲਾ ਸੈਸ਼ਨ ਸ਼ੁਰੂ ਹੁੰਦੇ ਤੱਕ ਗੁਰਵਿੰਦਰ ਠੀਕ ਹੋ ਗਿਆ ਪਰ ਉਹਨੂੰ ਲੱਗਿਆ ਕਿ ਜਿਵੇਂ ਉਹਦੀ ਯਾਦ ਸ਼ਕਤੀ ਕੁਝ ਘਟ ਗਈ ਹੈ ਉਹਦੇ ਘਰ ਦੇ ਕਹਿਣ ਕੇ ਦੁਬਾਰਾ ਮਲੇਰਕੋਟਲੇ ਦਾਖਲਾ ਲੈ ਲਿਆ ਇਹ ਤੋਂ ਪਹਿਲਾਂ ਉਹਦੇ ਇੱਕ ਦੋਸਤ ਨੇ ਉਹਨੂੰ ਦੱਸਤਾ ਸੀ ਕਿ ਹਮਾਇਰਾ ਨੇ ਐਮ ਐਸ ਸੀ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਦਾਖਲਾ ਲੈ ਲਿਆ ਹੈ ਹੁਣ ਗੁਰਵਿੰਦਰ ਨੇ ਘਰਦਿਆਂ ਨੂੰ ਕਿਹਾ ਕਿ ਉਹਨੇ ਪੜਨਾ ਹੈ ਤਾਂ ਪਟਿਆਲੇ ਪੜੇਗਾ ਨਹੀਂ ਤਾਂ ਨਹੀਂ ਪੜੇਗਾ ਪਟਿਆਲੇ ਮਹਿੰਦਰਾ ਕਾਲਜ ਚ ਉਹਦਾ ਇੱਕ ਰਿਸ਼ਤੇਦਾਰ ਪੜਾਉਂਦਾ ਸੀ ਮਹਿੰਦਰਾ ਕਾਲਜ ਦਾ ਪ੍ਰਿੰਸੀਪਲ ਵੀ ਉਹਨਾਂ ਦੇ ਨੇੜੇ ਦੇ ਪਿੰਡ ਦਾ ਸੀ ਇਸ ਤਰ੍ਹਾਂ ਉਹਨਾਂ ਦੇ ਰਿਸ਼ਤੇਦਾਰ ਦੀ ਸਿਫਾਰਿਸ਼ ਨਾਲ ਉਹਨੂੰ ਮਹਿੰਦਰਾ ਕਾਲਜ 'ਚ ਦਾਖਲਾ ਮਿਲ ਗਿਆ। ਮਹਿੰਦਰਾ ਕਾਲਜ 'ਚ ਪੜ੍ਹਨ ਵੇਲੇ ਤੱਕ ਗੁਰਵਿੰਦਰ ਬਿਲਕੁਲ ਠੀਕ ਹੋ ਗਿਆ। ਉਹ ਹੁਣ ਬਿਲਕੁਲ ਆਮ ਵਾਂਗ ਸੀ, ਬਸ ਯਾਦ ਸ਼ਕਤੀ 'ਚ ਕੁਝ ਕਮੀ ਆ ਗਈ ਸੀ। ਉਹਨਾਂ ਨੂੰ ਆਪਣੇ ਸ਼ਹੀਦਾਂ ਤੇ ਵੀ ਇੱਕ ਤਰ੍ਹਾਂ ਦਾ ਗੁੱਸਾ ਆਉਣਾ ਸ਼ੁਰੂ ਹੋ ਗਿਆ ਕਿ ਉਹਨਾਂ ਨੇ ਤਾਂ ਮੈਨੂੰ ਐਵੇਂ ਹੀ ਮਾਰ ਲੈਣਾ ਸੀ। ਮੈਂ ਤਾਂ ਚੰਗਾ ਭਲਾ। ਸ਼ਹੀਦਾਂ ਦੇ ਅਸਥਾਨ ਤੇ ਤੋਂ ਬਾਅਦ ਵਿੱਚ ਵੀ ਜਾਂਦਾ ਰਿਹਾ ਪਰ ਉਹਨੇ ਪਰ ਉਹਦੀ ਉਹਨਾਂ 'ਚ ਸ਼ਰਧਾ ਥੋੜੀ ਘਟ ਗਈ। ਕਿ ਉਹਨਾਂ ਨੇ ਤਾਂ ਉਹਨੂੰ ਐਵੇਂ ਹੀ ਮਾਰ ਲੈਣਾ ਸੀ। ਮਹਿੰਦਰਾ ਕਾਲਜ ਦੀ ਪੜ੍ਹਾਈ ਸ਼ੁਰੂ ਹੋ ਗਈ ਇੱਥੇ ਵੀ ਉਸ ਨਾਲ ਬਥੇਰੀਆਂ ਕੁੜੀਆਂ ਪੜ੍ਹਦੀਆਂ ਸੀ ਪਰ ਉਹਨੂੰ ਉਹਨਾਂ ਨਾਲ ਕੋਈ ਵਾਸਤਾ ਨਹੀਂ ਸੀ। ਕਿਸੇ ਕੁੜੀ ਵੱਲ ਉਹਨੇ ਵੇਖਿਆ ਤੱਕ ਵੀ ਨਾ। ਮਹਿੰਦਰਾ ਕਾਲਜ 'ਚ ਇੱਕ ਉਹ ਪਾਸਤਾ ਹੋ ਗਿਆ ਪਰ ਉਹਦੀ ਕੈਮਿਸਟਰੀ 'ਚ ਕੰਪਾਰਟਮੈਂਟ ਆ ਗਈ। ਇਸ ਤਰ੍ਹਾਂ ਇੱਕ ਸਾਲ ਹੋਰ ਖਰਾਬ ਹੋ ਗਿਆ ਕਿਉਂਕਿ ਬੀਐਸਸੀ ਦੀ ਡਿਗਰੀ ਪੂਰੀ ਕੀਤੇ ਬਿਨਾ ਅੱਗੇ ਕਿਤੇ ਦਾਖਲਾ ਨਹੀਂ ਮਿਲ ਸਕਦਾ ਸੀ। ਅਗਲੇ ਸਾਲ ਜਿੱਥੇ ਉਹਨੇ ਕੈਮਿਸਟਰੀ ਦੀ ਕੰਪਾਰਟਮੈਂਟ ਦੀ ਤਿਆਰੀ ਕੀਤੀ। ਉਥੇ ਹੋਰ ਤਾਂ ਕੁਝ ਕਰਨ ਨੂੰ ਸੀ ਨਹੀਂ ਫਿਰ ਉਹਨੇ ਆਪਣਾ ਮਨ ਪਾਉਂਦੇ ਸਬਜੈਕਟਾਂ ਚ ਇੱਕ ਹਿਸਟਰੀ ਦੇ ਪੇਪਰ ਐਡੀਸ਼ਨਲ ਵਿਸ਼ੇ ਦੇ ਤੌਰ ਤੇ ਦੇ ਦਿੱਤੇ ਬੀਏ ਦੇ ਤਿੰਨ ਸਾਲਾਂ ਦੇ ਹਿਸਟਰੀ ਦੇ ਪੇਪਰ ਉਹਨੇ ਕੈਮਿਸਟਰੀ ਦੀ ਰੀਪੀਅਰ ਦੇ ਨਾਲ ਦਿੱਤੇ ਅਸਲ ਚ ਸਾਇੰਸ ਤੋਂ ਕੋਦੇ ਵੀ ਪੜਨਾ ਹੀ ਨਹੀਂ ਸੀ ਚਾਹੁੰਦਾ ਉਹਦੇ ਮਨਪਸੰਦ ਵਿਸ਼ੇ ਲਿਟਰੇਚਰ ਫਿਲਾਸਫੀ ਤੇ ਹਿਸਟਰੀ ਸੀ ਹਿਸਟਰੀ ਦੇ ਵਾਧੂ ਵਿਸ਼ੇ ਦੇ ਤੌਰ ਤੇ ਪੇਪਰ ਉਹਨੇ ਇਸ ਕਰਕੇ ਦਿੱਤੇ ਵੀ ਕਿਉਂਕਿ ਉਹ ਅੱਗੇ ਹਿਸਟਰੀ ਦੀ ਐਮਏ ਕਰਨਾ ਚਾਹੁੰਦਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੈਮੇ ਹਿਸਟਰੀ ਚ ਦਾਖਲਾ ਲੈਣ ਵਾਸਤੇ ਹਿਸਟਰੀ ਵਿਸ਼ੇ ਦੇ ਨੰਬਰ ਵੀ ਗਿਣੇ ਜਾਂਦੇ ਸੀ ਕਿਉਂਕਿ ਗੁਰਵਿੰਦਰ ਨੇ ਤਾਂ ਸਾਇੰਸ ਪੜ੍ਹੀ ਸੀ ਇਸ ਕਰਕੇ ਉਸ ਵਾਸਤੇ ਹਿਸਟਰੀ ਦੇ ਐਡੀਸ਼ਨਲ ਪੇਪਰ ਦੇਣੇ ਜ਼ਰੂਰੀ ਸੀ ਅੱਗੋਂ ਇੱਕ ਹੈਰਾਨੀ ਦੀ ਗੱਲ ਇਹ ਹੋਈ ਕਿ ਗੁਰਵਿੰਦਰ ਨੇ ਆਪਣੇ ਪਿੰਡ ਦੇ ਇੱਕ ਮੁੰਡੇ ਜਿਨੇ ਹਿਸਟਰੀ ਪੜ੍ਹੀ ਸੀ ਤੋਂ ਹਿਸਟਰੀ ਦੀਆਂ ਕਿਤਾਬਾਂ ਲੈ ਲਈਆਂ ਇਹ ਕਿਤਾਬਾਂ ਪੰਜਾਬੀ ਮਾਧਿਅਮ ਚ ਸਨ ਪਰ ਪੰਜਾਬੀ ਦੀਆਂ ਕਿਤਾਬਾਂ ਪੜ੍ਹ ਕੇ ਪੇਪਰ ਉਹਨੇ ਅੰਗਰੇਜ਼ੀ ਚ ਦਿੱਤੇ ਇਸ ਸਾਲ ਗੁਰਵਿੰਦਰ ਨੇ ਬੀਐਸਸੀਵੀ ਕੰਪਲੀਟ ਕਰ ਲਈ ਤੇ ਹਿਸਟਰੀ ਵਾਧੂ ਵਿਸ਼ਾ ਵੀ ਪਰ ਉਹਨੂੰ ਪੰਜਾਬ ਯੂਨੀਵਰਸਿਟੀ ਚ ਐਮਏ ਹਿਸਟਰੀ ਚ ਦਾਖਲਾ ਨਾ ਮਿਲ ਸਕਿਆ ਕਿਉਂਕਿ ਬਾਕੀ ਵਿਦਿਆਰਥੀਆਂ ਦੇ ਨੰਬਰ ਬਹੁਤ ਜ਼ਿਆਦਾ ਸਨ ਗੁਰਵਿੰਦਰ ਤਾਂ ਕਿਸੇ ਗਿਣਤੀ ਚ ਨਹੀਂ ਆਇਆ ਕਾਰਨ ਇਹ ਸੀ ਕਿ ਨਾ ਚਾਹਣ ਦੇ ਬਾਵਜੂਦ ਵੀ ਉਹਨੂੰ ਸਾਇੰਸ ਪੜਾਈ ਗਈ ਫਿਰ ਸਾਇੰਸ ਵਿੱਚ ਉਹ ਨੰਬਰ ਕੀ ਆਉਣੇ ਸੀ ਐਮਏ ਵਿੱਚ ਦਾਖਲਾ ਲੈਣ ਵਾਸਤੇ ਹਿਸਟਰੀ ਦੇ ਵੱਖਰੇ ਵਿਸ਼ੇ ਦੇ ਨਾਲ ਨਾਲ ਬੈਚਲਰ ਡਿਗਰੀ ਦੇ ਨੰਬਰ ਅਲੱਗ ਗਿਣੇ ਜਾਂਦੇ ਸੀ ਤੇ ਫਿਰ ਐਨਸੀਸੀ NSS ਆदि ਵੱਖਰੇ ਨੰਬਰ ਮਿਲਦੇ ਸੀ ਸਾਇੰਸ ਪੜ੍ਹਨ ਕਰਕੇ ਗੁਰਵਿੰਦਰ ਉਪਰੋਕਤ ਚੀਜ਼ਾਂ ਵੀ ਨਾ ਕਰ ਸਕਿਆ ਇਸ ਸਾਲ ਉਹਨੇ बीएड ਦਾ ਟੈਸਟ ਵੀ ਦਿੱਤਾ ਜਿਸ ਵਿੱਚ ਉਹਦੀ ਤਿਆਰੀ ਨਾ ਕਰਨ ਦੇ ਬਾਵਜੂਦ ਪੰਜਾਬ ਚੋਂ 51ਵਾਂ ਨੰਬਰ ਆਇਆ ਸੀ ਕਾਰਨ ਇਹ ਸੀ ਕਿ ਉਹ ਪਹਿਲਾਂ ਹੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਸੀ ਉਹੀ ਤਿਆਰੀ बीएड 'ਚ ਕੰਮ ਆ ਗਈ ਹਾਲ ਕਿ ਉਹਨੇ बीएड 'ਚ ਦਾਖਲਾ ਲੈ ਲਿਆ ਇਸ ਸਾਲ बीएड ਕਰਨ ਤੋਂ ਬਾਅਦ ਉਹਨੇ ਸੋਚਿਆ ਕਿ ਐਲ ਐਲ ਬੀ 'ਚ ਦਾਖਲਾ ਲਏਗਾ ਇਹਦਾ ਕਾਰਨ ਇਹ ਸੀ ਕਿ ਕਿਉਂਕਿ ਐਲ ਐਲ ਬੀ ਦੀਆਂ ਕਲਾਸਾਂ ਤਿੰਨ ਘੰਟੇ ਹੀ ਲੱਗਦੀਆਂ ਸੀ ਇਸ ਕਰਕੇ ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਸਕਦਾ ਸੀ ਤੇ ਦੂਜਾ ਯੂਨੀਵਰਸਿਟੀ ਵਿੱਚ ਹੋਸਟਲ ਮਿਲ ਜਾਣਾ ਸੀ ਐਲ ਐਲ ਬੀ ਚ ਦਾਖਲਾ ਲੈਣ ਵਾਸਤੇ ਵੀ ਉਹਨੂੰ ਕੋਈ ਮੁਸ਼ਕਿਲ ਪੇਸ਼ ਨਾ ਆਈ ਉਹ ਗੋ ਨੇ ਆਪਣੀਆਂ ਸਵੇਰ ਦੀਆਂ ਕਲਾਸਾਂ ਨੂੰ ਸ਼ਾਮ ਦੀਆਂ ਕਲਾਸਾਂ 'ਚ ਸ਼ਿਫਟ ਕਰਵਾ ਲਿਆ ਕਿਉਂਕਿ ਸ਼ਾਮ ਦੀਆਂ ਕਲਾਸਾਂ ਜ਼ਿਆਦਾ ਵਕੂ ਵਕ ਮਹਿਕਮਿਆਂ ਦੇ ਮੁਲਾਜ਼ਮ ਲੋਕ ਹੀ ਲਾਉਂਦੇ ਸੀ ਇਸ ਕਰਕੇ ਉਹਨਾਂ ਦੀਆਂ ਹਾਜ਼ਰੀਆਂ ਵੀ ਬਹੁਤੀ ਲਗਾਉਣ ਦੀ ਲੋੜ ਨਹੀਂ ਸੀ ਪ੍ਰੋਫੈਸਰ ਆਪ ਇਹ ਸਭ ਦੀਆਂ ਹਾਜ਼ਰੀਆਂ ਪੂਰੀਆਂ ਕਰ ਦਿੰਦੇ ਸੀ ਐਲ ਐਲ ਬੀ ਚ ਗੁਰਵਿੰਦਰ ਨੇ ਬਸ ਨਾਮ ਵਜੋਂ ਦਾਖਲਾ ਲਿਆ ਸੀ ਉਹ ਜੋ ਤਿਆਰੀ ਸਿਵਲ ਸਰਵਿਸਿਜ਼ ਦੀ ਕਰਦਾ ਰਿਹਾ ਉਹਦੀ ਮਾੜੀ ਕਿਸਮਤ ਨੂੰ ਪ੍ਰੀਲੀਮਨਰੀ ਪੇਪਰਾਂ ਦੇ ਨੇੜੇ ਆ ਕੇ ਉਹਦੀਆਂ ਅੱਖਾਂ ਜਵਾਬ ਦੇਣ ਲੱਗ ਪਈਆਂ ਇਹ ਪੇਪਰ ਉਹ ਨਾ ਦੇ ਸਕਿਆ ਪੀ ਜੀ ਆਈ ਜੋ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਸੀ ਵਿੱਚ ਅੱਖਾਂ ਦਾ ਇੱਕ ਡਾਕਟਰ ਪੀ ਸਿੰਘ ਗੁਰਵਿੰਦਰ ਦਾ ਮਿੱਤਰ ਸੀ ਡਾਕਟਰ ਸਿੰਘ ਵੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦਾ ਸੀ ਗੁਰਵਿੰਦਰ ਨੇ ਉਹਨੂੰ ਆਪਣੀਆਂ ਅੱਖਾਂ ਚੈੱਕ ਕਰਾਈਆਂ ਤੇ ਕਿਹਾ ਕਿ ਉਹਨੂੰ ਐਨਕ ਲਗਾ ਦੇ ਡਾਕਟਰ ਨੇ ਅੱਖਾਂ ਚੈੱਕ ਕਰਕੇ ਦੱਸਿਆ ਕਿ ਦੇ ਸਿਰਫ ਅੱਖਾਂ ਦੇ ਮਸਲ ਹੀ ਕਮਜ਼ੋਰ ਹਨ ਐਨਕਾ ਨਹੀਂ ਲੱਗ ਸਕਦੀਆਂ ਉਹਨੇ ਗੁਰਵਿੰਦਰ ਨੂੰ ਕਿਹਾ ਕਿ ਉਹ ਸਕੂਲਾ ਕੇ ਹਰ ਰੋਜ਼ ਮਸ਼ੀਨਾਂ ਉੱਤੇ ਐਕਸਰਸਾਈਜ਼ ਕਰ ਜਾਇਆ ਕਰੇ ਬਾਕੀ ਗਾਜਰਾਂ ਦਾ ਜੂਸ ਪੀਣ ਤਰੇਲੇ ਘਾਹ ਤੇ ਸਵੇਰੇ ਨੰਗੇ ਪੈਰ ਚੱਲਣ ਦੀਆਂ ਕਈ ਹੋਰ ਗੱਲਾਂ ਦੱਸੀਆਂ ਇਸ ਨਾਲ ਉਹਦੀਆਂ ਅੱਖਾਂ ਠੀਕ ਹੋ ਗਈਆਂ ਉਹਨੇ ਅਗਲੇ ਸਾਲ ਫੇਰ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕੀਤੀ ਐਲ ਐਲ ਬੀ ਦੇ ਪੇਪਰ ਉਹ ਹਰ ਸੈਮੈਸਟਰ ਮਿਸ ਕਰ ਦਿੰਦਾ ਸੀ ਕਿਉਂਕਿ ਉਦੋਂ ਹਰ ਪੇਪਰ ਨੂੰ ਪਾਸ ਕਰਨ ਵਾਸਤੇ 6 ਚਾਂਸ ਮਿਲਦੇ ਸੀ ਗੁਰਵਿੰਦਰ ਦਾ ਵਿਚਾਰ ਸੀ ਕਿ ਇਹ ਪੇਪਰ ਉਹ ਅਖੀਰਲੇ ਚਾਂਸਾਂ 'ਚ ਪਾਸ ਕਰੇਗਾ ਤੇ ਜਦੋਂ ਅਗਲੇ ਸਾਲ ਫੇਰ ਉਹਨੇ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕੀਤੀ ਤਾਂ ਪਹਿਲਾਂ ਪਹਿਲਾਂ ਤਾਂ ਕੁਝ ਦੇਰ ਠੀਕ ਰਿਹਾ ਬਾਅਦ 'ਚ ਅੱਖਾਂ ਦੀ ਫੇਰ ਉਹੀ ਹਾਲਤ ਹੋ ਗਈ ਆਪਣੇ ਨਾਲ ਦੇ ਤਿਆਰੀ ਕਰ ਰਹੇ ਮਿੱਤਰਾਂ ਦੇ ਕਹਿਣ ਤੇ ਉਹਨੇ ਪ੍ਰੀਲੀਮਿਨਰੀ ਪੇਪਰ ਤਾਂ ਦੇ ਦਿੱਤੇ ਪਰ ਪੇਪਰਾਂ ਦੇ ਨੇੜੇ ਜਿਹੜੇ ਤਿਆਰੀ ਕਰਨ ਦੇ ਦਿਨ ਸੀ ਉਦੋਂ ਤੱਕ ਉਹ ਤੋਂ ਕੁਝ ਪੜਿਆ ਹੀ ਨਹੀਂ ਜਾ ਜਾ ਰਿਹਾ ਸੀ ਕਿਉਂਕਿ ਸਿਵਲ ਸਰਵਿਸੇਸ ਵਿੱਚ ਹਰ ਰੋਜ਼ ਘੱਟੋ ਘੱਟ 15-16 ਘੰਟੇ ਤਿਆਰੀ ਕਰਨੀ ਪੈਂਦੀ ਸੀ ਇਸ ਲਈ ਗੁਰਵਿੰਦਰ ਦੀਆਂ ਅੱਖਾਂ ਇੰਨਾ ਭਾਰ ਨਾ ਚੱਲ ਸਕੀਆਂ ਸਿਵਲ ਸਰਵਿਸੇਸ ਦਾ ਖਿਆਲ ਛੱਡ ਕੇ ਉਹਨੇ ਸੋਚਿਆ ਕਿ ਐਲ ਐਲ ਬੀ ਹੀ ਪੂਰੀ ਕਰ ਲਈ ਜਾਏ ਐਲ ਐਲ ਬੀ ਦੇ ਸਾਰੇ 6 ਦੇ 6 ਸਮੈਸਟਰਾਂ ਦੇ ਪੇਪਰ ਉਹਨੇ ਆਖਰੀ ਸਾਲ 'ਚ ਦਿੱਤੇ ਸਾਰੇ ਦੇ ਸਾਰੇ ਪਾਸ ਕੀਤੇ ਦੂਜੇ ਬਹੁਤ ਸਾਰੇ ਲੜਕੇ ਜਿਨ੍ਹਾਂ ਦੀ ਵਾਰ-ਵਾਰ ਅਪੀਅਰ ਆ ਜਾਂਦੀ ਸੀ ਰੀਪੀਅਰ ਆ ਜਾਂਦੇ ਸੀ ਉਹਦੀ ਅਜਾਈ ਪਰਫਾਰਮੈਂਸ ਤੋਂ ਹੈਰਾਨ ਹੋ ਗਏ ਪਰ ਵੇਸ਼ ਕਰਕੇ ਦੁਖੀ ਸੀ ਕਿ ਉਹਦਾ ਅਸਲੀ ਖੇਤਰ ਸਿਵਲ ਸਰਵਿਸਿਜ਼ ਵਾਲਾ ਅਧੂਰਾ ਰਹਿ ਗਿਆ ਸੀ ਐਲ ਐਲ ਬੀ ਕਰਨ ਤੋਂ ਬਾਅਦ ਉਹਨੇ ਐਮ ਐ اردو ਚ ਦਾਖਲਾ ਲੈ ਲਿਆ ਉਰਦੂ ਉਹਨੇ 6ਵੀਂ 7ਵੀਂ ਚ ਪੜ੍ਹਦੇ ਨੇ ਆਪਣੇ ਪਿੰਡ ਦੇ ਇੱਕ ਬਜ਼ੁਰਗ ਤੋਂ ਸਿੱਖੀ ਹੋਈ ਸੀ ਐਮ ਐ ਉਰਦੂ ਚ ਦਾਖਲਾ ਉਰਦੂ ਦਾ ਟੈਸਟ ਲੈ ਕੇ ਦਿੱਤਾ ਜਾਂਦਾ ਸੀ ਉਰਦੂ ਚ ਦਾਖਲਾ ਬਹੁਤੇ ਮੁੰਡੇ ਸਿਰਫ ਹੋਸਟਲ ਲੈਣ ਵਾਸਤੇ ਹੀ ਲੈਂਦੇ ਸੀ ਹੁਣ ਜੁਰਦੂ ਉਹਨਾਂ ਨੂੰ ਆਉਂਦੀ ਤਾਂ ਹੁੰਦੀ ਨਹੀਂ ਸੀ ਉਰਦੂ ডিপਾਰਟਮੈਂਟ ਦੇ ਪ੍ਰੋਫੈਸਰਾਂ ਦੀਆਂ ਪੋਸਟਾਂ ਵੀ ਤਾਂ ਹੀ ਬਚਦੀਆਂ ਸਨ ਜੇ ਉਰਦੂ ਦੀਆਂ ਸੀਟਾਂ ਭਰੀਆਂ ਜਾਂਦਾ ਇਹ ਤਾਂ ਹੀ ਭਰ ਸਕਦੀਆਂ ਸਨ ਜੇ ਟੈਸਟ 'ਚ ਮੁੰਡਿਆਂ ਨੇ ਕੁਝ ਲਿਖਿਆ ਹੋਵੇ ਇਸ ਕਰਕੇ ਉਰਦੂ ਵਾਲੇ ਪ੍ਰੋਫੈਸਰਾਂ ਦੇ ਖੁੱਲ ਦੇਣ ਤੇ ਉਸ ਸਾਲ ਟੈਸਟ 'ਚ ਬੈਠਣ ਵਾਲੇ ਬਹੁਤੇ ਮੁੰਡਿਆਂ ਦੇ ਐਂਟ੍ਰਾਂਸ ਟੈਸਟ ਗੁਰਵਿੰਦਰ ਨਹੀਂ ਲਿਖੇ एमए उर्दू ਵੀ ਉਹਨੂੰ ਇਸੇ ਕਰਕੇ ਛੱਡਣੀ ਪਈ ਕਿਉਂਕਿ ਉਹਨੇ ਦਿਨ ਹੀ ਖਬਰ ਆਈ ਕਿ ਪੰਜਾਬ ਚ ਪੰਜਾਬੀ ਦੇ ਲੈਕਚਰਾਰਾਂ ਦੀਆਂ ਪੋਸਟਾਂ ਨਿਕਲਣ ਵਾਲੀਆਂ ਹਨ ਪੰਜਾਬੀ ਯੂਨੀਵਰਸਿਟੀ ਤੋਂ ਐਮਏ ਉਰਦੂ ਛੱਡ ਕੇ ਉਹਨੇ ਕੁਰਕਸ਼ੇਤਰ ਯੂਨੀਵਰਸਿਟੀ ਦੇ ਕਾਰਸਪੋਂਡੈਂਸ ਵਿਭਾਗ ਵਿੱਚ ਐਮਏ ਪੰਜਾਬੀ ਚ ਦਾਖਲਾ ਲੈ ਲਿਆ ਇੱਥੋਂ ਐਮਏ ਪੰਜਾਬੀ ਕਰਨ ਤੋਂ ਬਾਅਦ ਉਹਨੇ ਇੱਥੋਂ ਹੀ ਆਪਣੇ ਮਨਪੋਂਦੇ ਵਿਸ਼ੇ ਹਿਸਟਰੀ ਚ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਦਾਖਲਾ ਲੈ ਲਿਆ ਐਮਏ ਹਿਸਟਰੀ ਕਰਨ ਤੋਂ ਬਾਅਦ ਐਮਏ ਅੰਗਰੇਜ਼ੀ ਕਰ ਲਈ ਹੁਣ ਕੁੜੀਆਂ ਤਾਂ ਯੂਨੀਵਰਸਿਟੀ 'ਚ ਪੜ੍ਹਦੇ ਸਮੇਂ ਵੀ ਉਸ ਨਾਲ अनेਕਾਂ ਪੜ੍ਹਦੀਆਂ ਸੀ ਪਰ ਕਦੇ ਉਹਦਾ ਕਿਸੇ ਕੁੜੀ ਵੱਲ ਧਿਆਨ ਨਹੀਂ ਗਿਆ ਇੰਨੇ ਨੂੰ ਉਹਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਪੜ੍ਹਾਈ ਉਹਨੇ ਛੱਡ ਦਿੱਤੀ ਕੁਝ ਦਿਨ ਨੌਕਰੀ ਕਰਨ ਤੋਂ ਬਾਅਦ ਜਦੋਂ ਉਹਨੇ ਵੇਖਿਆ ਕਿ ਉਹਦੇ ਕੁਝ ਸਾਥੀ ਪੁਆਇੰਟ ਬੇਸਿਸ ਤੇ ਕੈਨੇਡਾ ਦੀ ਐਪਲੀਕੇਸ਼ਨ ਭਰ ਰਹੇ ਐ ਤਾਂ ਉਹ ਵੀ ਪੁਆਇੰਟ ਬੇਸਿਸ ਤੇ ਕੈਨੇਡਾ ਚਲਾ ਗਿਆ ਗੱਲ ਤਾਂ ਸਿਰਫ ਇੰਨੀ ਕੁ ਸੀ ਕਿ ਮਲੇਰ ਕੋਟਲੇ ਦੇ ਜਿਸ ਕਾਲਜ 'ਚ ਗੁਰਵਿੰਦਰ ਨੂੰ ਪੜ੍ਹਨ ਲਈ ਭੇਜਿਆ ਜਾ ਰਿਹਾ ਸੀ ਉੱਥੇ ਉਹਦੀ ਕਲਾਸ 'ਚ ਇੱਕ ਕੁੜੀ ਪੜ੍ਹਦੀ ਸੀ ਕੁੜੀਆਂ ਤਾਂ ਉਹਦੀ ਕਲਾਸ 4 ਵੀ ਬਿਥੇਰੀਆਂ ਪੜ੍ਹਦੀਆਂ ਸੀ ਪਰ ਹੋਰ ਨਾ ਕੁੜੀਆਂ ਦੇ ਤਾਂ ਬੁਲਾਉਣ ਤੇ ਵੀ ਉਹਨੇ ਨਹੀਂ ਸੀ ਬੋਲਣਾ ਪਰ ਹੁਮੈਰਾ ਨਾਮ ਦੀ ਇਸ ਕੁੜੀ ਦੇ ਨਾਲ ਪੜ੍ਹਨ ਕਰਕੇ ਉਸੇ ਥੇ ਬਿਲਕੁਲ ਵੀ ਨਹੀਂ ਪੜਾਇਆ ਜਾਣਾ ਚਾਹੀਦਾ ਸੀ ਇਸ ਕੁੜੀ ਦੇ ਨਾਲ ਪੜ੍ਹਨ ਕਰਕੇ ਉਸ ਵੱਲੋਂ ਆਪਣੀ ਪੜ੍ਹਾਈ ਪੂਰੀ ਕਰਨੀ ਤਾਂ ਦੂਰ ਦੀ ਗੱਲ ਉਲਟਾ ਉਹ ਆਪਣੀ ਤੇ ਹੋਰਨਾਂ ਦੀ ਮੌਤ ਦਾ ਕਾਰਨ ਬਣ ਗਿਆ ਉਹ ਏਡੀ ਕੁ ਤਬਾਹੀ ਲਿਆ ਸਕਦਾ ਸੀ ਜਿਹਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਸੀ ਹਾਂ ਹੋਰ ਦੁਨੀਆ ਭਰ ਦੇ ਜਿਹੜੇ ਮਰਜ਼ੀ ਕਾਲਜ ਚੋਂ ਨੂੰ ਪੜਾ ਲਿਆ ਜਾਂਦਾ ਹੁਣੇ ਚੁੱਪਚਾਪ ਆਪਣੀ ਪੜ੍ਹਾਈ ਪੂਰੀ ਕਰ ਲੈਣੀ ਸੀ ਹਜ਼ਾਰਾਂ ਵਾਰ ਗੁਰਵਿੰਦਰ ਇਹ ਗੱਲ ਸੋਚ ਵਿਚਾਰ ਚੁੱਕਿਆ ਕਿ ਕੀ 1% ਅੱਧਾ ਪਰਸੈਂਟ ਜਾਂ ਪੁਆਇੰਟ ਤੋਂ ਅੱਗੇ 100 200 ਸਿਫਰਾਂ ਲਗਾ ਕੇ ਅੱਗੇ ਕਿਹ ਕੱਲ ਆਇਆ ਜਾਏ ਕੀ ਕੋਈ ਇੰਨੀ ਕੁ ਵੀ ਸੰਭਾਵਨਾ ਸੀ ਕਿ ਉਹ ਪੜਵੀ ਉਸੇ ਕਾਲਜ ਚ ਲੈਂਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਉਥੇ 3 ਸਾਲ ਪੂਰੇ ਵੀ ਕਰ ਲੈਂਦਾ ਤਾਂ ਇਹਦਾ ਜਵਾਬ ਹਰ ਵਾਰੀ ਨਹੀਂ 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 ਬਿਲਕੁਲ ਵੀ ਨਹੀਂ ਜਿਸ ਤਰ੍ਹਾਂ ਉਹਦੇ ਹਾਲਾਤ ਹਰ ਆਏ ਦਿਨ ਬਣ ਰਹੇ ਸੀ ਉਥੋਂ ਪੜ੍ਹਾਈ ਛੱਡਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਭਾਵਿਓ ਭਾਵਿਓ ਅਨ ਪੜ੍ਹ ਹੀ ਕਿਉਂ ਨਾ ਰਹਿੰਦਾ ਪੜ੍ਹਾਈ ਸਭ ਕੁਝ ਹੋ ਸਕਦੀ ਹੈ ਪਰ ਜ਼ਿੰਦਗੀ ਤੋਂ ਵੱਡੀ ਨਹੀਂ ਹੋ ਸਕਦੀ ਉਸ ਕਾਲਜ ਵਿੱਚ ਕਿਸੇ ਵੀ ਤਰੀਕੇ ਨਾਲ ਬਿਲਕੁਲ ਵੀ ਨਹੀਂ ਪੜਿਆ ਜਾ ਸਕਦਾ ਸੀ ਜਾਂ ਤਾਂ ਬਿਲਕੁਲ ਹੀ ਪੜ੍ਹਾਈ ਛੱਡ ਦਿੰਦਾ ਤੇ ਜਾਂ ਜੇ ਫੇਰ ਉਹਨੂੰ ਪੜਾਉਣਾ ਜ਼ਰੂਰੀ ਸੀ ਫੇਰ ਉਹ ਕਿਸੇ ਹੋਰ ਕਾਲਜ ਚ ਪੜਦਾ ਭਾਵੇਂ 10 ਗੁਣਾ ਖਰਚਾ ਵੀ ਕਿਉਂ ਨਾ ਹੋ ਜਾਂਦਾ ਹੋਰ ਕੋਈ ਹੱਲ ਨਹੀਂ ਸੀ ਬਿਲਕੁਲ ਵੀ ਨਹੀਂ ਸੀ 0% ਵੀ ਨਹੀਂ ਸੀ ਉਹਨਾਂ ਨੂੰ ਉਹੀ ਗੱਲ ਜਿਨੇ ਉਹਦੀ ਜ਼ਿੰਦਗੀ ਤਬਾਹ ਕਰ ਦਿੱਤੀ ਸਵਾ ਵਰਗੀ ਲੱਗਦੀ ਹੈ ਆਪਣੇ ਆਪ ਤੇ ਗੁੱਸਾ ਆਉਂਦਾ ਕਿ ਇਸ ਦੁੱਕੀ ਦੀ ਗੱਲ ਪਿੱਛੇ ਮੂਰਖ ਮੁਗਧ ਗਵਾਰ ਬੰਦਿਆਂ ਬੰਦਿਆਂ ਤੂੰ ਕੀ ਕੁਝ ਕਰ ਸੁਟਿਆ ਉਹਨੂੰ ਤਾਂ ਹਾਲੇ ਤੱਕ ਵੀ ਇਸੀ ਗੱਲ ਤੇ ਵਿਸ਼ਵਾਸ ਨਹੀਂ ਆ ਰਿਹਾ ਕਿ ਉਹ ਜੇ ਆ ਕੁਝ ਵੀ ਕਰ ਸਕਦਾ ਇਸ ਸਭ ਕੁਝ ਨੂੰ ਪੜਨ ਵਾਲਾ ਹਰ ਬੰਦਾ ਕਹੇਗਾ ਕਿ ਉਹਨੇ ਅਜਿਹਾ ਕਿਉਂ ਕੀਤਾ ਜਿਹੜਾ ਵੀ ਐਂ ਕਰੇਗਾ ਫਿਰ ਉਹ ਮਰੇਗਾ ਹੀ ਇਹੀ ਕੁਝ ਤਾਂ ਗੁਰਵਿੰਦਰ ਵੀ ਹਜ਼ਾਰਾਂ ਵਾਰ ਆਪਣੇ ਆਪ ਨੂੰ ਕਹਿ ਚੁੱਕਿਆ ਕਿ ਕੰਜਰਾ ਤੂੰ ਅਜਿਹਾ ਕੁਝ ਕਿਉਂ ਕੀਤਾ ਪਰ ਉਹਨੂੰ ਤਾਂ ਕੋਈ ਸੁੱਧ ਬੁੱਧੀ ਨਹੀਂ ਸੀ ਜਦੋਂ ਉਹਨੇ ਸਾਰਾ ਕੁਝ ਕੀਤਾ ਕਈ ਵਾਰ ਵਿਆਹਾਂ ਦੇ ਸਮਾਗਮਾਂ 'ਚ ਉਹਨੇ ਮੁੰਡਿਆਂ ਦੇ ਗਰੁੱਪ 'ਚ ਬੈਠੇ ਨੇਂਤਾਂ ਦੀ ਸ਼ਰਾਬ ਪੀ ਲੈਣੀ ਇਹਦੇ باوجود ਵੀ ਉਹਨੂੰ ਆਪਣੇ ਆਪ ਦੀ ਸੋਝੀ ਰਹਿੰਦੀ ਸੀ ਸ਼ਰਾਬ ਪੀ ਕੇ ਕਦੇ ਵੀ ਉਹਨੇ ਕਿਸੇ ਨੂੰ ਗਲਤ ਨਹੀਂ ਬੋਲਿਆ ਕਈ ਵਾਰ ਤਾਂ ਜਈ ਹਾਲਤ ਵਿੱਚੋ 10-12 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਵੀ ਆਪਣੇ ਪਿੰਡ ਆਇਆ ਹੁਣ ਉਹਦਾ ਬਹੁਤਾ ਸਮਾਂ ਆਪਣੇ ਆਪ ਨੂੰ ਅੰਤਾਂ ਦਾ ਬੁਰਾ ਭਲਾ ਕਹਿਣ ਚੀ ਲੰਘਦਾ ਹੁਣ ਉਹਦਾ ਜੀ ਕਰਦਾ ਕਿ ਉਹ ਬੰਦੇ ਦੇ ਜਿਹੜਾ ਕਾਲਜ ਚ ਗਜ਼ਲਾਂ ਗਾਉਂਦਾ ਫਿਰਦਾ ਸੀ ਉਹਦੇ ਬੁੱਥੇ ਤੇ ਪਟੇ ਮਾਰੇ ਕਾਸ਼ ਕੋਈ ਉਹਦੇ ਚਾਰ ਚਪੇੜਾਂ ਹੀ ਲਾ ਦਿੰਦਾ ਸ਼ਾਇਦ ਉਹਦੀ ਅਕਲ ਟਿਕਾਣੀ ਆ ਜਾਂਦੀ ਜਾਂ ਫਿਰ ਆਪਣਾ ਹੱਡੀ ਪਿਓ ਦੀ ਜਾਨ ਨੂੰ ਰੋਂਦਾ ਜਿਹਨੇ ਬਾਰ ਬਾਰ ਦੱਸੇ ਜਾਣ ਦੇ ਬਾਵਜੂਦ ਵੀ ਉਹਨੂੰ ਉਥੋਂ ਪੜ੍ਹਾਈ ਨਹੀਂ ਛੱਡਣ ਦਿੱਤੀ ਸੀ ਉਹ ਨੂੰ ਜਾਂਦਾ ਤਾਂ ਕਿੱਧਰ ਨੂੰ ਜਾਂਦਾ ਅੱਗੇ ਉਹਦੀ ਮੌਤ ਬੈਠੀ ਸੀ ਪਿੱਛੇ ਉਹ ਮੋੜਨਾ ਚਾਹੁੰਦਾ ਸੀ ਪਰ ਉਹਦਾ ਹਿੰਦੀ ਪਿਓ ਮੁੜਨੀ ਸੀ ਦੇਰਿਆ ਕਰੇ ਤਾਂ ਕੀ ਕਰੇ ਕਾਲਜ ਚ ਜਾ ਕੇ ਤਾਂ ਉਹਦੇ ਮਨ ਨੂੰ ਆਪਣੇ ਆਪ ਹੀ ਕੁਝ ਕੁਝ ਹੋਣ ਲੱਗ ਜਾਣਾ ਸੀ ਇਤੇ ਉਹਦਾ ਕੋਈ ਵਸ ਨਹੀਂ ਸੀ ਜਿਵੇਂ ਗੱਲ ਵੀ ਨਹੀਂ ਕਿਹਾ ਇਸ਼ਕ पे ਜ਼ੋਰ ਨਹੀਂ ਇਹ ਉਹ ਆਤਿਸ਼-ਏ-ਗ਼ਾਲਿਬ ਜੋ ਲਗਾਈ ਨਾ ਲਗੇ ਔਰ ਬੁਝਾਈ ਨਾ 부ਝੇ ਤੇ ਲੋਕਾਂ ਨੇ ਵੀ ਇਹ ਤੱਤ ਕੱਢ ਰੱਖਿਆ ਕਿ ਇਸ਼ਕ ਦੇ ਰਾਹ ਪਿਆ ਬੰਦਾ ਮਰਦਾ ਹੀ ਮਰਦਾ ਹੈ ਜਿਵੇਂ ਕਿਸੇ ਨੇ ਲਿਖਿਆ ਇਸ਼ਕ ਦੀ ਗਲੀਚ ਕੋਈ ਕੋਈ ਲੰਘਦਾ ਖਾਲੀ ਦਿਲ ਹੀ ਨਹੀਂ ਇਹ ਤਾਂ ਜਾਨਵੀ ਹੈ ਮੰਗਦਾ ਉਦੋਂ ਹੀ ਗੱਲ ਸਭ ਕੁਝ ਲੱਗਦੀ ਸੀ ਹਰ ਵੇਲੇ ਸਾਰਾ ਧਿਆਨ ਉਸੇ ਦੀਆਂ ਸੋਚਾਂ 'ਚ ਲੱਗਾ ਰਹਿੰਦਾ ਸੀ ਪਰ ਹੁਣ ਕੀ ਹੋ ਸਕਦਾ ਸੀ ਗੁਰਬਾਣੀ ਕਹਿੰਦੀ ਹੈ ਉਹ ਵੇਲਾ ਹੱਥ ਨਾ ਆਵੀਂ ਅੰਤ ਗਿਆ ਪਛਤਾਏ ਹਲਤ ਨਾ ਸੋਭਾ ਪਲਤ ਨਾ ਢੋਈ ਪਿਰਥਾ ਜਨਮ ਗਵਾਵਣਿਆ ਸਮਾਂ ਬਹੁਤ ਵੱਡੀ ਚੀਜ਼ ਹੈ ਜਿਸ ਗੱਲ ਪਿੱਛੇ ਗੁਰਵੰਦਰ ਨੇ ਆਪਣੀ ਜ਼ਿੰਦਗੀ ਦਾ ਤੇ ਲਾਤੀ ਇਕ ਤਰ੍ਹਾਂ ਨਾਲ ਆਪਣੀ ਮੌਤ ਤੱਕ ਲੈ ਗੱਲ ਲੈ ਆਂਦੀ ਹੁਣ ਉਹੀ ਗੱਲ ਫਜ਼ੂਲ ਲੱਗਦੀ ਹੈ ਇੰਨੀ ਕੁ ਜ਼ਿਆਦਾ ਫਜ਼ੂਲ ਲੱਗਦੀ ਹੈ ਕਿ ਉਹਦੇ ਬਾਰੇ ਚਰਚਾ ਕਰਨਾ ਵੀ ਇੱਕ ਤਰ੍ਹਾਂ ਦਾ ਸਮਾਂ ਬਰਬਾਦ ਕਰਨਾ ਲੱਗਦਾ ਹੈ ਜ਼ਿੰਦਗੀ 'ਚ ਤਾਂ ਕਰਨ ਵਾਲੇ ਹੋਰ ਬਹੁਤ ਵੱਡੇ ਵੱਡੇ ਅਣਗਿਣਤ ਕੰਮ ਹੈ ਪਰ ਉਸ ਵੇਲੇ ਸਿਰਫ ਤੇ ਸਿਰਫ ਇਹੀ ਤਰੀਕਾ ਸੀ ਕਿ ਹਰ ਹਾਲਤ 'ਚ ਉਹਨੂੰ ਸਕੂਲ 'ਚ ਪੜਨ ਤੋਂ ਰੋਕਿਆ ਜਾਂਦਾ ਰੁਕ ਤਾ ਉਹ ਖੁਦ ਬਖੁਦ ਰਿਆ ਸੀ ਉਹਨੂੰ ਤਾਂ ਸਗੋਂ ਵੱਡੀ ਚੋਟੀ ਦਾ ਜ਼ੋਰ ਲਗਾ ਕੇ ਮਜਬੂਰ ਕਰਕੇ ਉੱਥੇ ਭੇਜਿਆ ਜਾ ਰਿਹਾ ਸੀ ਜੇ ਕੋਈ ਕਾਲਜ ਜਾਂ ਇੰਸਟੀਚਿਊਟ ਤੁਹਾਡੇ ਘਰ ਦੇ ਨੇੜੇ ਹੈ ਤੇ ਇਹਦਾ ਮਤਲਬ ਇਹ ਹਰ ਕਿਸ ਨਾ ਲਿਆ ਜਾਏ ਕਿ ਤੁਹਾਡੇ ਬੱਚੇ ਲਈ ਇਹੀ ਸਭ ਤੋਂ ਟੁਕਮਾ ਹੈ ਜੇ ਇਹਨੂੰ ਹਰ ਹਾਲਾਤ ਚ ਇੱਥੇ ਪੜਾਉਣਾ ਹੈ ਹਾਂ ਜੇ ਸਭ ਕੁਝ ਨਾਰਮਲ ਤਰੀਕੇ ਨਾਲ ਚੱਲ ਰਿਹਾ ਫਿਰ ਕੋਈ ਗੱਲ ਨਹੀਂ ਪਰ ਜੇ ਕੋਈ ਮਰਜ਼ੀ ਜੇ ਕੁਝ ਜੋ ਕੁਝ ਮਰਜ਼ੀ ਕਰੋ ਪਰ ਤੁਹਾਡੇ ਬੱਚੇ ਦੇ ਨਾ ਚਾਹੁੰਦੇ ਹੋਏ ਉਸ ਉੱਪਰ ਆਪਣੀ ਹਿੰਦ ਥੋਪਣੇ ਬੜੇ ਭਿਆਨਕ ਨਤੀਜੇ ਪੈਦਾ ਕਰ ਸਕਦੀ ਹੈ ਬੜੇ ਤਬਾਹ ਕੁੰ ਤੋਂ ਤਬਾਹ ਕੁੰ ਹਾਲਾਤ ਟਲ ਸਕਦੇ ਐ ਟਲ ਜਾਂਦੇ ਐ ਅਜਿਹੇ ਹਾਲਾਤਾਂ ਨੂੰ ਟਾਲਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਇਹ ਕਿਤਾਬ ਬਸ ਰੱਬ ਅਗੇ ਅਰਦਾਸ ਹੈ ਕਿਸੇ ਹੋਰ ਨੂੰ ਗੁਰਵਿੰਦਰ ਵਾਂਗੂ ਮਜਬੂਰ ਕਰਕੇ ਕੋਈ ਕੰਮ ਨਹੀਂ ਕਰਵਾਇਆ ਜਾਏਗਾ ਇਸੇ ਚੀਜ਼ ਸਭ ਦੀ ਭਲਾਈ ਹੈ ਗੁਰਵਿੰਦਰ ਨੇ ਹਜ਼ੂਰਾ ਸਿੰਘ ਦਾ ਲਿਖਿਆ ਹੀਰ ਦਾ ਇੱਕ ਚਿੱਠਾ ਇਕੱਠਾ ਕੀਤਾ ਸੀ ਉਸ 'ਚ ਇੱਕ ਬੰਦ ਆਉਂਦਾ ਸੀ ਜਿਵੇਂ ਲਿਖੀ ਹਜ਼ੂਰਾ ਸਿੰਘਾ ਤੇ ਮੈਂ ਹੀ ਵਰਤੂੰਗੀ ਲਿਖੀ ਜੋ ਕਰਮਾਂ ਦੀ ਕਿਨੇ ਨਾ ਮਿਟਾਉਣੇ ਅਦਗੀਆਂ ਤੁਕਾਂ ਦੀਆਂ ਮਿਸਾਲਾਂ ਲੋਕ ਉਦੋਂ ਦਿੰਦੇ ਆ ਜਦੋਂ ਕੋਈ ਬੁਰਾ ਬੁਰੀ ਘਟਨਾ ਵਾਪਰ ਜਾਂਦੀ ਹੈ ਫਿਰ ਕਹਿੰਦੇ ਆ ਕਿ ਤਾਂ ਹੀ ਉਹੀ ਹੋਣੀ ਸੀ ਇਹ ਤਾਂ ਲਿਖੀ ਹੀ ਹੋਈ ਸੀ ਇਹ ਟਲ ਨਹੀਂ ਸੀ ਸਕਦੀ ਪਰ ਲੋਕਾਂ ਨੂੰ ਕੀ ਪਤਾ ਕਿੰਨੀਆਂ ਕਜਈਆਂ ਘਟਨਾਵਾਂ ਟਲੀਆਂ ਵੀ ਹਨ ਜਿਨ੍ਹਾਂ ਦੇ ਨਤੀਜੇ ਅੱਤ ਦੇ ਭਿਆਨਕ ਹੋ ਸਕਦੇ ਸਨ ਕਿਉਂਕਿ ਉਹ ਘਟਨਾਵਾਂ ਟਲ ਗਈਆਂ ਇਸ ਕਰਕੇ ਲੋਕਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਲੱਗਿਆ ਇਸ ਕਰਕੇ ਉਹਨਾਂ ਬਾਰੇ ਹਜੂਰਾ ਸਿੰਘ ਦੀ ਉਪਰੋਕਤ ਵਰਗੀ ਕੋਈ ਤੁਕ ਉਚਾਰਨ ਦੀ ਲੋੜ ਨਹੀਂ ਪਈ ਤੇ ਜੇ ਇਸ ਗੱਲ ਦਾ ਲੇਖਾ ਜੋਖਾ ਕੀਤਾ ਜਾਏ ਤਾਂ ਬਹੁਤ ਸਾਰੀਆਂ ਬੁਰੀਆਂ ਘਟਨਾਵਾਂ ਦੇ ਵਾਪਨ ਪਿੱਛੇ ਕਿਸੇ ਨਾ ਕਿਸੇ ਦੀ ਹੱਠ ਧਰਮੀ ਕਾਰਨ ਹੁੰਦੀ ਹੈ ਜ਼ਿੰਦਗੀ ਤੇ ਮੌਤ ਦਾ ਇੰਨਾ ਕੋਈ ਫਰਕ ਹੈ ਕਿ ਜਿਵੇਂ ਜਲਦੀ ਬੱਸ ਤੋਂ ਮਲਕ ਦੇਣੇ ਕੋਈ ਸਵਾਰੀ ਲੈ ਜਾਏ ਉਸ ਸਵਾਰੀ ਦਾ ਉਸੇ ਥਾਂ ਤੇ ਉਸੇ ਵੇਲੇ ਲੈਣਾ ਕੋਈ ਜ਼ਰੂਰੀ ਨਹੀਂ ਹੈ ਉਹ ਥੇ ਤੱਕ ਵੀ ਬੜੇ ਆਰਾਮ ਨਾਲ ਜਾ ਸਕਦੀ ਸੀ ਜਿੱਥੋਂ ਤੱਕ ਬਾਕੀ ਸਵਾਰੀਆਂ ਜਾਂਦੀਆਂ ਨਿੱਕੀ ਜੀ ਗੱਲ ਤੇ ਬੰਦੇ ਮਰ ਜਾਂਦੇ ਆ ਤੇ ਨਿੱਕੀ ਜੀ ਗਲਤੀ ਕਿਸੇ ਦੀ ਜ਼ਿੰਦਗੀ ਬਚ ਰਹਿੰਦੀ ਹੈ ਗੁਰਵਿੰਦਰ ਦਾ ਮੰਨਣਾ ਹੈ ਕਿ ਰੋਜ਼ ਹੋਣ ਵਾਲੀਆਂ ਮੌਤਾਂ ਵਿੱਚੋਂ ਬਥੇਰੀਆਂ ਟਲ ਸਕਦੀਆਂ ਹਨ। ਟਾਲੀਆਂ ਜਾ ਸਕਦੀਆਂ ਹਨ। ਬਥੇਰੀਆਂ ਟਲਦੀਆਂ ਵੀ ਹਨ। ਬੰਦੇ ਦਾ ਹੋਣਾ ਤੇ ਇੱਕ ਪਲ ਬਾਅਦ ਨਾ ਹੋਣਾ। ਜਿਵੇਂ ਉੱਪਰ ਲਿਖਿਆ ਹੈ ਬਸ ਜੋ ਕਿਸੇ ਸਵਾਰੀ ਦੇ ਉਤਰਨ ਵਾਂਗ ਹੀ ਹੈ। ਉਹ ਸਵਾਰੀ ਹਾਲੇ ਹੋਰ ਵੀ ਸਮਾਂ ਬੱਸਡ ਬੈਠੀ ਰਹਿ ਸਕਦੀ ਸੀ। ਉਹਦਾ ਇੱਥੇ ਹੀ ਇਸੇ ਸਮੇਂ ਉਤਰਨਾ ਜ਼ਰੂਰੀ ਨਹੀਂ ਸੀ। ਇਸੇ ਤਰ੍ਹਾਂ ਅੱਤ ਦੇ ਅਮੀਰ ਤੋਂ ਅੱਤ ਦਾ ਗਰੀਬ ਹੋ ਜਾਣਾ। ਇਸ ਬਸ ਚੋ ਸਵਾਰੀ ਦੇ ਲੈਣ ਵਾਂਗੇ ਕੋਈ ਨਿੱਕਾ ਮੋਟਾ ਗਲਤ ਚੁੱਕਿਆ ਸਟੈਪ ਹੀ ਬਾਜੀ ਪੁੱਠੀ ਪਾ ਸਕਦਾ ਹੈ ਪਰੰਤੂ ਅਤ ਦੇ ਗਰੀਬ ਬੰਦੇ ਤੋਂ ਅਮੀਰ ਬਣਨਾ ਇਟਾ ਸੌਖਾ ਨਹੀਂ ਹੈ ਉਹਦੇ ਵਾਸਤੇ ਕਿਸਮਤ ਮਿਹਨਤ ਕਾਬਲੀਅਤ ਹਾਲਾਤ ਆਦਤ ਤੁਕਵੇਂ ਹੋਣੇ ਚਾਹੀਦੇ ਹੈ ਲੇਕਿਨ ਅਮੀਰ ਤੋਂ ਗਰੀਬ ਬਣਨ ਵਾਸਤੇ ਕੁਝ ਵੀ ਜ਼ਰੂਰੀ ਨਹੀਂ ਹੈ ਕੋਈ ਪ੍ਰੀ ਕੰਡੀਸ਼ਨ ਨਹੀਂ ਹੈ ਖੈਰ ਗੱਲ ਦੂਜੇ ਪਾਸੇ ਚਲੀ ਗਈ ਸੀ ਗੁਰਵਿੰਦਰ ਦੇ ਮੁਤਾਬਿਕ ਬਹੁਤ ਥੋੜੀ ਗਿਣਤੀ ਦੀਆਂ ਮੌਤਾਂ ਜੀਆਂ ਹਨ ਜਿਹੜੀਆਂ ਕਿਸੇ ਵੀ ਹਾਲਤ ਵਿੱਚ ਟਲ ਨਹੀਂ ਸਕਦੀਆਂ ਰੱਬ ਕੋਈ ਐਡਾ ਦਰਿੰਦਾ ਨਹੀਂ ਕਿ ਜਿਵੇਂ ਉਹਨੂੰ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਰੱਬ ਤਾਂ ਬਹੁਤ ਦਿਆਲ ਕਿਰਪਾਲੂ ਹੈ ਤੇ ਹਰ ਬੰਦੇ ਦੀ ਕਿੰਨੀ ਕਿੰਨੀ ਗੱਲ 'ਚ ਦਖਲ ਨਹੀਂ ਦਿੰਦਾ ਕਿਸੇ ਦਾ ਮਰਨਾ ਜੰਮਣਾ ਵੀ ਉਸ ਵਾਸਤੇ ਨਹੀਂ ਕਿਆਂ ਨਿਕੀਆਂ ਗੱਲਾਂ ਹੀ ਹਨ ਹਾਂ ਜੀ ਉਹ ਚਾਹੇ ਤਾਂ ਸਭ ਕੁਝ ਕਰ ਸਕਦਾ ਪਰ ਗੁਰਵਿੰਦਰ ਦਾ ਮੰਨਣਾ ਹੈ ਕਿ ਆਮ ਤੌਰ ਤੇ ਅਜਿਹਾ ਨਹੀਂ ਕਰਦਾ ਜਦੋਂ ਗੁਰਵਿੰਦਰ ਕਿਸੇ ਪਾਸੇ ਨੂੰ ਜਾਣ ਲੱਗਿਆ ਅਚਾਨਕ ਉੱਧਰ ਜਾਣਾ ਕੈਨਸਲ ਕਰ ਦਿੰਦਾ ਸੀ ਜਿਹਦੇ ਮਨ ਨੂੰ ਨੇ ਕਹਿਣਾ ਕਿ ਹਾਲੇ ਘੰਟਾ ਕੁ ਰੁੱਕ ਕੇ ਜਾਊਂਗਾ ਜਾਂ ਕਿਸੇ ਹੋਰ ਪਾਸੇ ਜਾਣ ਦਾ ਬਣਿਆ ਬਣਾਇਆ ਪ੍ਰੋਗਰਾਮ ਰੱਦ ਕਰਕੇ ਕਿਸੇ ਦੂਜੇ ਪਾਸੇ ਕਿਸੇ ਹੋਰ ਕੰਮ ਚਲਿਆ ਜਾਂਦਾ ਸੀ ਤਾਂ ਹੋ ਸਕਦਾ ਹੈ ਕਿ ਕੋਈ ਹੋਣੀ ਹੀ ਟਲਦੀ ਹੋਵੇਗੀ ਉਹਨੂੰ ਤਾਂ ਪਤਾ ਨਹੀਂ ਕਿ ਉਹ ਜੇਆ ਕਿਉਂ ਕਰਦਾ ਸੀ ਸ਼ਾਇਦ ਜੇਆ ਉਹਦੀ ਰੱਖਿਆ ਕਰਨ ਵਾਲੀ ਕੋਈ ਸ਼ਕਤੀ ਕਰਵਾਉਂਦੀ ਸੀ ਤੇ ਇਹ ਸ਼ਕਤੀ ਰੱਬ ਹਰਗਿਜ਼ ਨਹੀਂ ਹੈ ਰੱਬ ਦੀ ਆਗਿਆ 'ਚ ਚੱਲਣ ਵਾਲੀ ਕੋਈ ਸ਼ਕਤੀ ਹੀ ਹੋਏਗੀ ਜੇ ਰੱਬ ਨੇ ਇਹ ਜਿਹਾ ਕਰਨਾ ਹੁੰਦਾ ਤਾਂ ਫਿਰ ਉਹਨੂੰ ਕੋਈ ਵਿਧ ਬਣਾਉਣ ਤੇ ਫਿਰ ਉਹਨੂੰ ਟਾਲਣ ਦੀ ਕੀ ਜ਼ਰੂਰਤ ਸੀ ਇਸੇ ਤਰ੍ਹਾਂ ਲੜੋ ਮਰੀਆਂ ਗਿਣਤ ਨੌਜਵਾਨ ਜੋਸ਼ 'ਚ ਬਹਿ ਕੇ ਆਪ ਮੁਹਾਰੇ ਹਥਿਆਰ ਚੁੱਕੇ ਹਿੰਦੁਸਤਾਨ ਨਾਲ ਟੱਕਰ ਰੈਲੀ ਮੈਦਾਨ ਚ ਆ ਨਿਤਰੇ ਤੇ ਅਖੀਰ ਬਿਨਾਂ ਕੋਈ ਪ੍ਰਾਪਤੀ ਕੀ ਧਿਆਸ਼ੀ ਦੀਆਂ ਪਾ ਗਏ ਜੇ ਕਿਸੇ ਤਰ੍ਹਾਂ 3-4 ਸਾਲ ਦਾ ਉਹ ਕ੍ਰੂਸ਼ਲ ਸਮਾਂ ਹੋਰ ਕਿਸੇ ਪਾਸੇ ਲੱਗ ਜਾਂਦਾ ਜਾਂ ਹਾਲਾਤ ਉਹਨਾਂ ਨੂੰ ਕਿਸੇ ਹੋਰ ਪਾਸੇ ਲੈ ਜਾਂਦੇ ਤਾਂ ਉਹਨਾਂ 'ਚ ਬਹੁਤ ਬਹੁਤ ਹੀ ਮੁੰਡਿਆਂ ਦੀਆਂ ਤਰਜੀਹਾਂ ਉਦੋਂ ਤੱਕ ਬਦਲ ਜਾਣੀਆਂ ਸੀ ਸ਼ਾਇਦ ਬਹੁਤ ਸਾਰੇ ਅਜਾਈ ਮੌਤ ਮਰਨੋਂ ਵੀ ਬਚ ਜਾਣਾ ਸੀ ਇਸ ਕਰਕੇ ਸਮਾਂ ਬਹੁਤ ਬਲਵਾਨ ਚੀਜ਼ ਹੈ ਜੇ ਕਿਸੇ ਤਰ੍ਹਾਂ ਇਹ ਟਲ ਜਾਏ ਜਾਂ ਕਿਸੇ ਹੋਰ ਪਾਸੇ ਲੱਗ ਜਾਏ ਤਾਂ ਬੜੀਆਂ ਭਿਆਨਕ ਘਟਨਾਵਾਂ ਘਟਣ ਤੋਂ ਰੁਕ ਜਾਂਦੀ ਹੈ ਸਰਦਾਰ ਕਪੂਰ ਸਿੰਘ ਆਪਣੀ ਕਿਤਾਬ ਸੱਚੀ ਸਾਖੀ 'ਚ ਹਿੰਦੁਸਤਾਨ ਦੀ ਵੰਡ ਹੋਣ ਤੇ ਸਿੱਖਾਂ ਦੇ ਪੱਲੇ ਕੁਝ ਵੀ ਨਾਂ ਪੈਣ ਸੰਬੰਧੀ ਲਿਖਦਾ ਹੈ ਕਿ ਹਿੰਦੂ ਆਉਣ ਵਾਲੀ ਕਿਸੇ ਘਟਨਾ ਸੰਬੰਧੀ ਪਹਿਲਾਂ ਹੀ ਸੋਚ ਲੈਂਦਾ ਹੈ ਉਸ ਹਿਸਾਬ ਨਾਲ ਵਿਉਂਤਬੰਦੀ ਕਰ ਲੈਂਦਾ ਹੈ ਮੁਸਲਮਾਨ ਮੌਕੇ ਸਿਰ ਸੋਚ ਵਿਚਾਰ ਕੇ ਫੈਸਲਾ ਕਰ ਲੈਂਦਾ ਤੇ ਸਿੱਖ ਉਸ ਫੈਸਲਾ ਕੋਨ ਸਮੇਂ ਦੇ ਲੰਘ ਜਾਣ ਤੋਂ ਬਾਅਦ ਸੋਚਦਾ ਹੈ ਪਛਤਾਉਂਦਾ ਰਹਿੰਦਾ ਹੈ ਇਹ ਗੱਲ ਹੋਰ ਕਿਸੇ ਤੇ ਤਾਂ ਭਾਵੇਂ ਠੁਕਦੀ ਹੋਵੇ ਜਨਾ ਪਰ ਗੁਰਵਿੰਦਰ ਤੇ ਖੂ ਬਹੂ ਠੁਕਦੀ ਹੈ ਹੁਣ ਉਹਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਹੈ ਬਸ ਪ੍ਰਮਾਤਮਾ 'ਗੇ ਅਰਦਾਸ ਹੈ ਕਿ ਕਿਸੇ ਦੇ ਘਰ ਕਿਸੇ ਵੀ ਪੀੜੀ ਚ ਆ ਕੇ ਗੁਰਵਿੰਦਰ ਵਰਗੀ ਤਬਾਹ ਕਰੀ ਔਲਾਦ ਨਾ ਪੈਦਾ ਹੋ ਜਾਏ ਜਿਨ੍ਹਾਂ ਲੋਕਾਂ ਨਾਲ ਗੁਰਵਿੰਦਰ ਪੰਗੇ ਲਈ ਗਿਆ ਭਾਵੇਂ ਕਿ ਉਹਦੇ ਦਿਲ 'ਚ ਕੁਝ ਵੀ ਨਹੀਂ ਸੀ ਉਹਨੂੰ ਤਾਂ ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰ ਰਿਹਾ ਪਰਮਾਤਮਾ ਅਗੇ ਅਰਦਾਸ ਹੈ ਕਿਤੇ ਉਹਨਾਂ ਦੇ ਘਰ ਵੀ ਕਿਸੇ ਸਮੇਂ ਆ ਕੇ ਕਿਸੇ ਪੀੜ੍ਹੀ 'ਚ ਅਜਿਹੀ ਔਲਾਦ ਪੈਦਾ ਨਾ ਹੋ ਜਾਏ ਜ਼ਿੰਦਗੀ ਹਮੇਸ਼ਾ ਸਿੱਧੀ ਲਾਈਨ 'ਚ ਨਹੀਂ ਚੱਲਦੀ 18-20 ਸਾਲ ਦੀ ਉਮਰ ਬਹੁਤ ਖਤਰਨਾਕ ਉਮਰ ਹੁੰਦੀ ਹੈ ਜਿਵੇਂ ਗੁਰਵਿੰਦਰ ਨੂੰ ਉਦੋਂ ਉਮੈਰਾ ਨਾਂ ਦੀ ਉਹ ਕੁੜੀ ਹੀ ਸਾਰਾ ਜਹਾਨ ਸਾਰੀ ਕਾਇਨਾਤ ਸਭ ਕੁਝ ਲੱਗਦੀ ਸੀ ਤੇ ਹੁਣ ਸਮਾਂ ਪੈਣ ਤੇ ਉਹਨੂੰ ਉਹੀ ਗੱਲ ਬਿਲਕੁਲ ਫਜ਼ੂਲ ਲੱਗਦੀ ਹੈ ਇੰਨੀ ਫਜ਼ੂਲ ਕਿ ਆਪਣੇ ਆਪ ਦਾ ਬੁੱਠਾ ਗੁੱਟਣ ਨੂੰ ਜੀ ਕਰਦਾ ਸਾਰੇ ਜਹਾਨ ਦੇ ਪਾਗਲ ਬੰਦਿਆਂ ਬੰਦਿਆ ਅਸਵਾਰ ਦੀ ਗੱਲ ਪਿੱਛੇ ਤੂੰ ਕੀ ਕੁਝ ਕਰਵਾਤਾ ਉਹਦੇ ਪਿਤਾ ਜਿਹੜਾ ਉਦੋਂ ਉਤੋਂ ਦੁੱਗਣੀ ਉਮਰ ਦਾ ਸੀ ਨੂੰ ਲੱਗਦਾ ਹੋਵੇਗਾ ਕਿ ਅਜਿਹੀਆਂ ਗੱਲਾਂ ਦੇ ਤਾਂ ਗੁਰਵਿੰਦਰ ਨੇੜੇ ਵੀ ਨਹੀਂ ਜਾਏਗਾ ਪਰ ਹੋਇਆ ਇਹਦੇ ਬਿਲਕੁਲ ਉਲਟ ਉਪਰੋਕਤ ਘਟਨਾ ਵਾਪਰਨ ਤੋਂ ਬਾਅਦ ਗੁਰਵਿੰਦਰ ਦੇ ਘਰਦਿਆਂ ਵੱਲੋਂ ਉਹਦੀ ਜਨਮ ਪੱਤਰੀ ਕਾਫੀ ਥਾਂ ਵਿਖਾਈ ਗਈ ਕਿਉਂਕਿ ਉਹਦੇ 'ਚ ਤਾਂ ਉਸ ਵੱਲੋਂ ਬਹੁਤ ਵੱਡਾ ਬੰਦਾ ਬਣਨ ਬਾਰੇ ਲਿਖਿਆ ਸੀ ਤੇ ਜੇ ਕੋਈ ਉਹਦਾ ਹੱਥ ਵੇਖੇ ਤੋ ਵੀ ਇਹੀ ਕਹਿੰਦਾ ਸੀ ਕਿ ਜੇ ਆ ਹੱਥ ਮੈਂ ਪਹਿਲੀ ਵਾਰ ਵੇਖ ਰਿਆ ਪਰ ਇਹ ਕੁਝ ਕੀ ਤੇ ਕਿਉਂ ਹੋ ਗਿਆ ਤਾਂ ਫਿਰ ਕੀ ਰਾਜਾ ਪਰਥਵੀ ਹਰੀ ਦੀ ਗੱਲ ਜ਼ਿਆਦਾ ਠੀਕ ਹੈ ਇਸਤਰੀ ਚਰਿਤ੍ਰਮ ਪੁਰਸ਼ਸ਼ ਭਾਗਯਮ ਦੇਵੋ ਨ ਜਾਣਤੀ ਕੁਤੋ ਮਨੁਸ਼ਯਮ हां बंदे ਨੂੰ ਆਪਣੇ ਨਿਆਣਿਆਂ ਦੇ ਸੁਭਾਅ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜਿਹੜਾ ਵੀ ਬੱਚਾ ਬੇहद ਸੰਵੇਦਨਸ਼ੀਲ ਹੈ ਨਿੱਕੀ ਜੀ ਗੱਲ ਨੂੰ ਦਿਲ ਤੇ ਲਾ ਲੈਂਦਾ ਉਹਨੂੰ ਮਜਬੂਰ ਕਰਕੇ ਕੋਈ ਕੰਮ ਵੀ ਹਰਗिज ਨਾ ਕਰਾਇਆ ਜਾਵੇ ਗੁਰਵਿੰਦਰ ਦਾ ਵੀ ਇਹ ਪਹਿਲਾ ਤੇ ਆਖਰੀ ਕੰਮ ਸੀ ਜੋ ਉਹਨੂੰ ਬੇहद ਮਜਬੂਰ ਕਰਕੇ ਕਰਵਾਇਆ ਗਿਆ ਸ਼ਾਇਦ ਇੱਕ ਕਾਰਨ ਇਹ ਵੀ ਹੋਵੇ ਕਿ ਜਿੰਨੀ ਕਿ ਦੁਨੀਆ 'ਚ ਵਿਚਰਨ ਦੀ ਮਚਿਉਰਿਟੀ ਆਮ ਬੱਚਿਆਂ 'ਚ 18-20 ਸਾਲ ਦੀ ਉਮਰ 'ਚ ਆ ਜਾਂਦੀ ਹੈ ਉਸ ਬੰਦੇ ਵਿੱਚ 30 ਸਾਲ ਦੀ ਉਮਰ ਤੋਂ ਬਾਅਦ ਆਈ ਪੜਾਈ 'ਚ ਆਪਣੀ ਉਮਰ ਦੇ ਬੱਚਿਆਂ ਤੋਂ ਜ਼ਰੂਰ ਕੁਝ ਸਾਲ ਲੱਗੇ ਸੀ। ਪਿੰਡ ਵਿੱਚ ਗੁਰਵਿੰਦਰ ਸਾਂਝੇ ਪਰਿਵਾਰ 'ਚ ਰਹਿੰਦਾ ਸੀ। ਪਤਾ ਨਹੀਂ ਇਸ ਨਾਲ ਉਹਨੂੰ ਖੁਆਏ ਗਏ ਦਾ ਕੋਈ ਸਬੰਧ ਸੀ। ਉਹਦਾ ਪਰਿਵਾਰ ਬੁਰੀ ਤਰ੍ਹਾਂ ਡੋਪਾਟੀ ਹੋਇਆ। ਜਿੰਨੀਆਂ ਕੋ ਮਸੀਬਤਾਂ 'ਚ ਪਰਿਵਾਰ ਨੂੰ ਲੰਘਣਾ ਪਿਆ, ਉਹਦੇ ਬਾਰੇ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਦੀ ਇੱਕ ਹੋਰ ਕਿਤਾਬ ਚਾਹੀਦੀ ਹੈ। ਗੁਰਵਿੰਦਰ ਦੀ ਆਪਣੀ ਜ਼ਿੰਦਗੀ ਵੀ ਇਸ ਤੋਂ ਬਾਅਦ ਬਹੁਤ ਮੁਸ਼ਕਲਾਂ ਭਰੀ ਰਹੀ ਹੈ। ਧੰਨਵਾਦ।